ਸਤਿ ਸ਼੍ਰੀ ਅਕਾਲ ਜੀ ਮੈਂ ਮਨੀਸ਼ਾ ਸਵਾਗਤ ਕਰਦੀ ਹਾਂ ਤੁਹਾਡੇ ਸਾਰਿਆਂ ਦਾ ਸਾਡੇ ਚੈਨਲ ਜਸ ਪੰਜਾਬੀ ਤੇ ਅੱਛਾ ਫਿਲਮਾਂ ਨਾ ਸਾਨੂੰ ਸਭ ਨੂੰ ਦੇਖਣੀਆਂ ਬਹੁਤ ਪਸੰਦ ਹੁੰਦੀਆਂ ਕਿਸੇ ਨੂੰ ਡਰਾਮਾ ਲਾਈਕ ਡਰਾਮੇ ਨਾਲ ਜੁੜੀਆਂ ਹੋਈਆਂ ਫਿਲਮਾਂ ਪਸੰਦ ਆ ਕਿਸੇ ਨੂੰ ਰੋਮਾਂਟਿਕ ਫਿਲਮਾਂ ਪਸੰਦ ਆ ਕਿਸੇ ਨੂੰ ਐਕਸ਼ਨ ਮੂਵੀਜ਼ ਪਸੰਦ ਆ ਪਰ ਸਾਡੇ ਪੰਜਾਬੀ ਸਿਨੇਮਾ ਦੇ ਵਿੱਚ ਨਾ ਪਹਿਲੀ ਵਾਰ ਇੱਕ ਮੂਵੀ ਬਹੁਤ ਹੀ ਘੈਂਟ ਜੀ ਬਣਨ ਜਾ ਰਹੀ ਆ ਆਈ ਥਿੰਕ ਬਣ ਚੁੱਕੀ ਆ ਠੀਕ ਹੈ ਜੀ ਅਤੇ ਉਹ ਹੈਗੀ ਆ ਜੀ ਰੀਅਲ ਸਟੋਰੀ ਬੇਸਡ ਆ ਸਾਬਕਾ ਮੁੱਕੇਬਾਜ਼ ਹੈ ਨਾ ਪੰਜਾਬ ਦੇ ਮਿਸਟਰ ਕੌਰ ਸਿੰਘ ਸੋ ਉਹਨਾਂ ਦੇ ਜਿਹੜੀ ਜੀਵਨੀ 'ਤੇ ਮੂਵੀ ਬਣੀ ਆ ਸਟਾਰਕਾਸਟ ਨਾ ਜਲਦੀ ਮੈਂ ਤੁਹਾਨੂੰ ਰੂਬਰੂ ਕਰਵਾਵਾਂਗੀ ਪਰ ਉਸ ਤੋਂ ਪਹਿਲਾਂ ਮੂਵੀ ਦਾ ਟ੍ਰੇਲਰ ਦੇਖਣਾ ਤਾਂ ਬਣਦਾ ਨਾ ਚਲੋ ਜੀ ਝਾਤ ਮਾਰਦੇ ਹਾਂ ਅਤੇ ਸੋ ਟ੍ਰੇਲਰ ਤਾਂ ਤੁਸੀਂ ਦੇਖ ਲਿਆ ਹੈ ਨਾ ਉਮੀਦ ਕਰਦੀ ਹਾਂ ਤੁਹਾਨੂੰ ਚੰਗਾ ਵੀ ਬਹੁਤ ਲੱਗਿਆ ਹੋਣਾ ਅਤੇ 22 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਵੀ ਹੋਣ ਜਾ ਰਹੀ ਆ ਸੋ ਜਲਦੀ ਜਲਦੀ ਸਾਰਿਆਂ ਨੇ ਦੇਖਣ ਜਾਣੀ ਆ ਸੋ ਆਓ ਹੁਣ ਆਪਾਂ ਸਟਾਰਕਾਸਟ ਦਾ ਸਵਾਗਤ ਕਰਦੇ ਹਾਂ ਸੋ ਬਹੁਤ ਬਹੁਤ ਸਵਾਗਤ ਹੈ ਪ੍ਰਭ ਐਂਡ ਕਰਮ ਤੁਹਾਡਾ ਜਸ ਪੰਜਾਬੀ 'ਤੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਹਾਂਜੀ ਥੈਂਕ ਯੂ ਅੱਛਾ 22 ਜੁਲਾਈ ਨੂੰ ਹੈ ਨਾ ਤੁਹਾਡੀ ਜਿਹੜੀ ਮੂਵੀ ਆ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਹੈ ਨਾ ਸੋ ਪਹਿਲਾਂ ਤਾਂ ਉਹਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਹੈ ਨਾ ਸੋ ਮੂਵੀ ਆ ਰਹੀ ਆ ਇੱਕ ਅਲੱਗ ਕਨਸੈਪਟ ਜਿਹੜਾ ਤੁਸੀਂ ਲੈ ਕੇ ਆ ਰਹੇ ਹੋ ਹੈ ਨਾ ਸੋ ਪਹਿਲਾਂ ਤਾਂ ਮੈਂ ਪੁੱਛਾਂਗੀ ਕਿ ਐਕਸਪੀਰੀਅੰਸ ਕਿਵੇਂ ਦਾ ਹੋਇਆ ਕਿਵੇਂ ਦਾ ਰਿਹਾ ਹੈ ਨਾ ਮੂਵੀ ਨੂੰ ਲਾਈਕ ਸ਼ੂਟ ਕਰਨ ਦਾ ਐਕਸ਼ਨ ਵੀ ਆ ਇਹਦੇ ਵਿੱਚ ਰੋਮਾਂਸ ਵੀ ਆ ਡਰਾਮਾ ਵੀ ਆ ਸਪੈਸ਼ਲੀ ਫੈਮਿਲੀ ਮੂਵੀ ਆ ਕਹਿ ਸਕਦੇ ਹੈ ਨਾ ਬਿਲਕੁਲ ਹਾਂਜੀ ਇਹ ਕਮਰਸ਼ੀਅਲ ਜਿਹੜੀ ਫੈਮਿਲੀ ਡਰਾਮਾ ਹੈਗਾ ਇਟਸ ਅ ਕਮਰਸ਼ੀਅਲ ਡਰਾਮਾ ਡੈਫੀਨਿਟਲੀ ਇੱਕ ਰੀਅਲ ਲਾਈਫ ਸਟੋਰੀ ਹੈਗੀ ਹੈ ਜਿਹੜੀ ਸਟੋਰੀ 37 ਸਾਲ ਲੱਗ ਗਏ ਸਿਨੇਮਾ ਤੱਕ ਆਉਣ ਨੂੰ ਇਹਦੇ ਵਿੱਚ ਇੱਕ ਰਾਜ਼ ਹੈਗਾ ਮਤਲਬ ਜਿਹੜਾ ਇੱਕ ਸਿਸਟਮ ਦੇ ਵਿੱਚ ਹੁੰਦਾ ਕੀ ਹੈ ਵੀ ਹੈ ਨਾ ਕਿਉਂਕਿ ਮਿਸਟਰ ਕੌਰ ਸਿੰਘ ਦੀ ਲਾਈਫ ਦੇ ਵਿੱਚ ਇੰਨਾ ਕੁਝ ਸੀਗਾ ਵੀ ਜਦੋਂ ਇਹ ਫਿਲਮ ਬਾਰੇ ਰਿਨਾਊਂਡ ਡਾਇਰੈਕਟਰ ਵਿਕਰਮ ਪ੍ਰਧਾਨ ਜੀ ਉਹਨਾਂ ਨਾਲ ਡਿਸਕਸ਼ਨਸ ਹੋਈਆਂ ਅਰਲੀ ਸਟੇਜਸ ਦੇ ਵਿੱਚ ਵੀ ਰੀਅਲ ਲਾਈਫ ਦੇ ਵਿੱਚ ਜਦੋਂ ਉਹਨਾਂ ਦੀ ਸਟੋਰੀ ਬਾਰੇ ਦੇਖਿਆ ਗਿਆ ਵੀ ਇੰਨਾ ਵੱਡਾ ਹੀਰਾ ਸੀਗਾ ਆਪਣੇ ਕੰਟਰੀ ਦਾ ਅਤੇ ਉਹਦੇ ਅੱਜ ਉਹ ਹਾਲਾਤ ਕਿਉਂ ਬਣੇ ਹੈ ਨਾ ਸੋ ਤਾਂ ਕਰਕੇ ਇੱਕ ਕੰਪਲੀਟ ਲਾਈਫ ਜਰਨੀ ਸਟੋਰੀ ਹੈਗੀ ਹੈ ਮੂਵੀ ਦੀ ਅਤੇ ਬਹੁਤ ਅੱਛੀ ਲੱਗੀ ਜਦੋਂ ਸਟਾਰਟਿੰਗ ਦੇ ਵਿੱਚ ਕਨਵਰਸੇਸ਼ਨਸ ਦੇ ਵਿੱਚ ਡਿਸਕਸ਼ਨਸ ਹੋਈਆਂ ਮੂਵੀ ਬਾਰੇ ਉਹ ਤੋਂ ਬਾਅਦ ਐਗਜ਼ੀਕਿਊਟ ਕੀਤੀ ਗਈ ਹੈਗੀ ਹੈ ਅਤੇ ਬਹੁਤ ਵਧੀਆ ਵਧੀਆ ਆਰਟਿਸਟ ਹੈਗੇ ਆ ਜਤਿੰਦਰ ਸ਼ਾਹ ਜੀ ਦਾ ਮਿਊਜ਼ਿਕ ਹੈਗਾ ਅਤੇ ਉਹਦੇ ਵਿੱਚ ਬਾਕੀ ਰਣਜੀਤ ਬਾਵਾ ਗੁਰਲੇਜ਼ ਅਖਤਰ ਕਮਲ ਖਾਨ ਨਛੱਤਰ ਗਿੱਲ ਇਹਨਾਂ ਦੇ ਗਾਣੇ ਹੈਗੇ ਨੇ ਪ੍ਰਭ ਗਰੇਵਾਲ ਜੀ ਉਹਨਾਂ ਦਾ ਬਹੁਤ ਅੱਛਾ ਰੋਲ ਹੈਗਾ ਸੋ ਇਟਸ ਅ ਕੰਪਲੀਟ ਫੈਮਿਲੀ ਐਂਟਰਟੇਨਮੈਂਟ ਮੂਵੀ ਹੈ ਜੀ ਅੱਛਾ ਕਰਮ ਜਦੋਂ ਤੁਹਾਡੇ ਕੋਈ ਮੂਵੀ ਆਈ ਸੀ ਹੈ ਨਾ ਕਿਵੇਂ ਦਾ ਫੀਲ ਹੋਇਆ ਤੁਹਾਨੂੰ ਵੀ ਮੈਂ ਕਰਾਂ ਕਿ ਨਾ ਕਰਾਂ ਵੀ ਮੈਨੂੰ ਇਸ ਕਨਸੈਪਟ 'ਤੇ ਕਰਨੀ ਚਾਹੀਦੀ ਆ ਜਾਂ ਕੋਈ ਮੈਂ ਰੋਮਾਂਟਿਕ ਮੂਵੀ ਕਰਾਂ ਕੁਝ ਹਟ ਕੇ ਮਤਲਬ ਕਿ ਇਸ ਕਨਸੈਪਟ ਨੂੰ ਕਰਨ ਲੱਗੇ ਹਾਂ ਕਰਨ ਲੱਗੇ ਕੀ ਸੋਚਿਆ ਦਿਮਾਗ ਦੇ ਵਿੱਚ ਹਾਂਜੀ ਦੇਖੋ ਐਵੇਂ ਹੈਗਾ ਵੀ ਪਹਿਲਾਂ ਜਦੋਂ ਇਹ ਆਪਣੇ ਕੋਲ ਸਟੋਰੀ ਮਤਲਬ ਚਲੋ ਆਪਾਂ ਓਬਵੀਅਸਲੀ ਆਪਾਂ ਲੱਭ ਰਹੇ ਸੀ ਕੁਛ ਨਾ ਕੁਛ ਮਿਸਟਰ ਸੁਖਬੀਰ ਗਿੱਲ ਮੇਰੇ ਫਰੈਂਡ ਹੈ ਉਹਨਾਂ ਨੇ ਕਨੈਕਟ ਕਰਾਇਆ ਮਿਸਟਰ ਵਿਕਰਮ ਪ੍ਰਧਾਨ ਨਾਲ ਹੈ ਨਾ ਜਦੋਂ ਇਹਨਾਂ ਨੇ ਸਟੋਰੀ ਆਪਾਂ ਨੂੰ ਸੁਣਾਈ ਨਾ ਮੇਰਾ ਤਾਂ ਰੋਣ ਨਿਕਲ ਗਿਆ ਵੀ ਇਹ ਹੋ ਜਾਂਦਾ ਐਵੇਂ ਰੀਅਲ ਲਾਈਫ ਦੇ ਵਿੱਚ ਵੀ ਐਵੇਂ ਹੁੰਦਾ ਪਰੈਪਸ ਜਦੋਂ ਇਹ ਪਿੱਛੇ ਜਿਹੇ ਮੈਂ ਅਤੇ ਮੇਰਾ ਫਰੈਂਡ ਅਸੀਂ ਪ੍ਰਧਾਨ ਸਾਹਿਬ ਕੋਲ ਬੰਬੇ ਗਏ ਸੀ ਅਤੇ ਪ੍ਰਧਾਨ ਸਾਹਿਬ ਨੇ ਸਾਨੂੰ ਸਟੂਡੀਓ 'ਚ ਫਿਲਮ ਦਿਖਾਈ ਅਤੇ ਅਸੀਂ ਰੋਣ ਹੀ ਲੱਗ ਗਏ ਮਤਲਬ ਰੀਅਲੀ ਵੀ ਐਵੇਂ ਵੀ ਜ਼ਿੰਦਗੀ 'ਚ ਹੋ ਜਾਂਦਾ ਹੈ ਨਾ ਅਤੇ ਇਹ ਸੱਚਾਈ ਹੈ ਬਹੁਤ ਕੌੜਾ ਸੱਚ ਹੈ ਅਤੇ ਦੇਖੋ ਕੰਮ ਤਾਂ ਸਾਰੇ ਹੀ ਕਰਦੇ ਆ ਹੈ ਨਾ ਮਤਲਬ ਕਹਿ ਲਓ ਵੀ ਹਾਸਾ ਮਜ਼ਾਕ ਕਰ ਲਓ ਕੁਛ ਮਰਜ਼ੀ ਕਰ ਲਓ ਬਟ ਸਮ ਟਾਈਮ ਜਦੋਂ ਤੁਸੀਂ ਰੀਅਲ ਲਾਈਫ ਦੀ ਸਟੋਰੀ ਦਿਖਾਉਂਦੇ ਹੋ ਨਾ ਵੀ ਸੱਚ ਕੀ ਹੈ ਸੱਚ ਕਿੱਥੇ ਹੈ ਵੀ ਸੱਚਾਈ ਇੰਨੀ ਕੌੜੀ ਹੁੰਦੀ ਹੈ ਕਿ ਉਹਨੂੰ ਤੁਸੀਂ ਉਹਦਾ ਘੁੱਟ ਵੀ ਨਹੀਂ ਭਰ ਸਕਦੇ ਸੋ ਇਹ ਸੱਚਾਈ ਉਹ ਫਿਲਮ 'ਚ ਤੁਹਾਨੂੰ ਦੇਖਣ ਨੂੰ ਮਿਲੂਗੀ ਸੱਚ ਤੋਂ ਵੈਸੇ ਵੀ ਬੰਦਾ ਦੂਰ ਹੀ ਭੱਜਦਾ ਹੈ ਹਾਂਜੀ ਬਿਲਕੁਲ ਬਿਲਕੁਲ ਜੀ ਅੱਛਾ ਪ੍ਰਭ ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਐਕਸਪੀਰੀਅੰਸ ਬਹੁਤ ਵਧੀਆ ਸੀਗਾ ਬਟ ਇਹ ਹੈ ਕਿ ਜਿੱਦਾਂ ਕਿ ਬਾਇਓਪਿਕ ਨੂੰ ਥੋੜਾ ਪਹਿਲਾਂ ਹੀ ਐਦਾਂ ਕਹਿਣ ਲੱਗੇ ਤੁਸੀਂ ਬਾਇਓਪਿਕ ਕੀਤੀ ਆ ਅੱਛਾ ਚੱਲੂਗੀ ਇਮੇਜ ਬਣ ਜਾਂਦੀ ਹੈ ਨਾ ਇਮੇਜ ਬਣ ਜਾਂਦੀ ਹੈ ਬਟ ਮੈਨੂੰ ਲੱਗਦਾ ਕਿ ਅਗਰ ਕਨਸੈਪਟ ਸੋਹਣਾ ਹੋਵੇ ਹੈ ਨਾ ਅਸੀਂ ਕਿਉਂ ਨਹੀਂ ਅਸੀਂ ਵਧੀਆ ਕੁਛ ਲੈ ਕੇ ਆਈਏ ਹੈ ਨਾ ਲੋਕਾਂ ਨੂੰ ਦਿਖਾਈਏ ਤੇ ਰੋਮਾਂਟਿਕ ਜੋ ਵੀ ਇਹ ਨਹੀਂ ਹੈਗਾ ਕਿ ਇਕੱਲੀ ਬਾਇਓਪਿਕ ਕਰਕੇ ਇਹਦੇ ਵਿੱਚ ਸਭ ਕੁਛ ਹੈ ਰੋਮਾਂਟਿਕ ਰੋਮੈਂਟਿਕ ਮਤਲਬ ਫੈਮਿਲੀ ਡਰਾਮਾ ਹਰ ਚੀਜ਼ ਦੇਖਣ ਨੂੰ ਮਿਲੂਗੀ ਇਹਦੇ ਵਿੱਚ ਓਕੇ ਅੱਛਾ ਕਿਹੜੀ ਇੱਕ ਚੀਜ਼ ਕਰਕੇ ਕਿ ਤੁਸੀਂ ਹਾਂ ਕੀਤੀ ਜਿਵੇਂ ਬਾਇਓਪਿਕ ਕਰਕੇ ਬੰਦਾ ਸੋਚਦਾ ਨਾ ਕਿ ਬਾਇਓਪਿਕ ਪਤਾ ਹੈ ਕਿ ਇਹਦੇ ਵਿੱਚ ਤਾਂ ਉਹ ਪੁਰਾਣੀਆਂ ਗੱਲਾਂ ਹੀ ਹੋਣੀਆਂ ਇੱਦਾਂ ਹੋਣੀਆਂ ਤੁਹਾਨੂੰ ਕਿਹੜਾ ਕਨਸੈਪਟ ਕੀ ਚੀਜ਼ ਬਦੀ ਸੋਚ ਕੇ ਕੀਤੀ ਅੱਛਾ ਉਹ ਹੀ ਸੀਗਾ ਕਿ ਮੈਂ ਮੇਰੇ ਹਮੇਸ਼ਾ ਸੀਗਾ ਕਿ ਮੈਂ ਕੁਝ ਡਿਫਰੈਂਟ ਕਰਾਂ ਨਾ ਕੋਈ ਬਾਇਓਪਿਕ ਕਰਾਂ ਤੇ ਮੈਂ ਲੱਕੀ ਆ ਕਿ ਮੈਨੂੰ ਇਹ ਬਹੁਤ ਸੋਹਣਾ ਕਨਸੈਪਟ ਮਿਲਿਆ ਆ ਕਰਨ ਨੂੰ ਤੇ ਇਹਨਾਂ ਸੋਹਣਾ ਪ੍ਰੋਜੈਕਟ ਆ ਤੇ ਕਿਉਂ ਨਾ ਕੀਤਾ ਜਾਵੇ ਓਕੇ ਜੀ ਠੀਕ ਹੈ ਅੱਛਾ ਕਰਮ ਉਹਨਾਂ ਨਾਲ ਕੰਮ ਕਰਕੇ ਕਿਵੇਂ ਦਾ ਲੱਗਾ ਕਰਮ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਬਹੁਤ ਸ਼ਾਂਤ ਸੁਭਾਅ ਨੇ ਇਹ ਤਾਂ ਮੈਂ ਮੰਨ ਲਿਆ ਐਗਰੀ ਅਸੀਂ ਹੈ ਨਾ ਆਉਣਾ ਸਤਿ ਸ਼੍ਰੀ ਅਕਾਲ ਜੀ ਬਸ ਸਤਿ ਸ਼੍ਰੀ ਅਕਾਲ ਹੁੰਦੀ ਸੀਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਸ ਇਸ ਤੋਂ ਬਾਅਦ ਇਹਨਾਂ ਦੇ ਮੂੰਹ ਚੋਂ ਕੁਛ ਨਹੀਂ ਨਿਕਲਦਾ ਸੀਗਾ ਤੇ ਮੈਂ ਅੱਜ ਕਹਿੰਦੀ ਸੀ ਹੈ ਨਾ ਮਤਲਬ ਤੁਸੀਂ ਕੁਛ ਬੋਲੋ ਮਤਲਬ ਕੈਮਿਸਟਰੀ ਆਪਣੀ ਮੈਚ ਕਰੇ ਤੇ ਮੈਂ ਇਹਨਾਂ ਨੂੰ ਧੱਕੇ ਨਾਲ ਬੁਲਵਾਉਂਦੀ ਹੁੰਦੀ ਸੀ ਕੁਛ ਬੋਲੋ ਕਿ ਗੱਲਾਂ ਕਰੋ ਹੈ ਨਾ ਥੋੜ੍ਹਾ ਜਿਹਾ ਆਪਾਂ ਨੂੰ ਕੰਫਰਟ ਹੋ ਜਾਂਦਾ ਹੈ ਆਰਟਿਸਟ ਨੂੰ ਕੰਮ ਕਰਨਾ ਤੇ ਨਹੀਂ ਬਹੁਤ ਵਧੀਆ ਲੱਗਿਆ ਇੰਨਾ ਸੋਹਣਾ ਕੰਮ ਕੀਤਾ ਇਹਨਾਂ ਨੇ ਨਾ
ਬਸ ਤੁਹਾਨੂੰ ਦੇਖ ਕੇ ਪਤਾ ਲੱਗੂ। ਅੱਛਾ ਹੌਲੀ ਹੌਲੀ ਉੱਚੀ ਜਿਗ ਜਿਗ ਖੁੱਲਦੀ ਗਈ ਫਿਰ ਜਦੋਂ ਗੱਲਾਂ ਬਾਤਾਂ ਹੁੰਦੀ ਰਹੀਆਂ ਹਨਾ ਸੈਟ ਤੇ ਮਿਲਦੇ ਬਿਲਕੁਲ ਹੀ ਬਹੁਤ ਵਧੀਆ ਹੋ ਗਿਆ ਸੀਗਾ ਹਨਾ ਫਿਰ ਹੌਲੀ ਹੌਲੀ ਥੋੜਾ ਟਾਈਮ ਤਾਂ ਲੱਗਦਾ ਹਨਾ ਐਡਜਸਟ ਹੋਣ ਨੂੰ ਬਟ ਬਹੁਤ ਵਧੀਆ ਰਿਹਾ ਸਾਡਾ। ਮਤਲਬ ਕਿ ਮਜ਼ਾਕ ਕਰਦੇ ਨੇ ਇਹ? ਕਰਦੇ ਆ ਬਿਲਕੁਲ। ਮੈਨੂੰ ਲੱਗਦਾ ਨਹੀਂ ਪਤਾ ਕਿ ਜਿਵੇਂ ਤੁਸੀਂ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕੀਤੀ ਸਰ ਹੁਣ ਨੇ ਸਤਿ ਸ਼੍ਰੀ ਅਕਾਲ ਕੀਤੀ ਆ ਕੇ ਬੈਠ ਗਏ ਐਦਾਂ ਹੀ ਸੀ ਮੋਟੀ ਹੌਲੀ ਹੌਲੀ ਗੱਲ ਕਰ ਰਹੇ ਨੇ ਹੁਣ ਤੁਸੀਂ ਦੇਖੋ ਅਸੀਂ ਕੈਮਿਸਟਰੀ ਵਧੀਆ ਹੋਈ ਸੀ ਆਈ ਮੈਂ ਨਹੀਂ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੌਲੀ ਹੌਲੀ ਗੱਲਾਂ ਤੋਂ ਬਾਹਰ ਆਉਣੀਆਂ ਬਟ ਹਾਂ ਇਹਨਾਂ ਹੀ ਬਹੁਤ ਵਧੀਆ ਲੱਗਿਆ ਬਟ ਇਹਨਾਂ ਨੇਚਰ ਇਹਨਾਂ ਕੰਮ ਬਹੁਤ ਸੋਹਣਾ ਆ ਤੇ ਹਰੇਕ ਚੀਜ਼ ਹਰੇਕ ਬੰਦੇ ਵਾਸਤੇ ਨਹੀਂ ਬਣੀ ਬਟ ਇਹਨਾਂ ਨੇ ਜਿਹੜਾ ਬਲਜੀਤ ਕੌਰ ਦਾ ਕਿਰਦਾਰ ਹੈ ਬਹੁਤ ਅੱਛਾ ਨਿਭਾਇਆ ਤੇ ਫਿਲਮ ਦੇਖ ਕੇ ਸਾਰੇ ਉਹਨੂੰ ਡੈਫੀਨੇਟਲੀ ਬਹੁਤ ਐਪਰੀਸ਼ੀਏਟ ਕਰਨਗੇ ਕਿਉਂਕਿ ਟ੍ਰਾਂਜੀਸ਼ਨਸ ਬਹੁਤ ਨੇ ਮੂਵੀਜ਼ ਦੇ ਵਿੱਚ ਹਨਾ ਦੇਖੋ ਕੌਰ ਸਿੰਘ ਕਿੱਥੋਂ ਚੱਲਦਾ ਖੇਤ ਤੋਂ ਸ਼ੁਰੂ ਹੁੰਦਾ ਫੌਜ ਹੈ ਫੌਜ ਤੋਂ ਬਾਅਦ ਫਿਰ ਬੋਕਸਿੰਗ ਹੈ ਫਿਰ ਬੋਕਸਿੰਗ ਤੋਂ ਬਾਅਦ ਫਿਰ ਅੱਗੇ ਦੀ ਸਟਰਗਲ ਹੈ ਫਿਰ ਐਂਡ ਤੱਕ ਅਸੀਂ ਲੈ ਕੇ ਗਏ ਹਾਂ ਸੋ ਦੇਖੋ ਵੀ ਕਿੰਨੇ 30-40 ਸਾਲ ਦੇ ਵਿੱਚ ਕਿੰਨੀ ਟ੍ਰਾਂਜੀਸ਼ਨਸ ਆ ਜਾਂਦੀਆਂ ਨੇ ਸੋ ਬਹੁਤ ਵਧੀਆ ਇਹਨਾਂ ਦਾ ਕਿਰਦਾਰ ਹੈਗਾ ਅਤੇ ਇਹਨਾਂ ਨੇ ਨਿਭਾਇਆ ਵੀ ਪੂਰਾ ਮਤਲਬ ਆਈ ਥਿੰਕ ਜਸਟੀਫਾਈਡ ਹੈ 100% ਓਕੇ ਅੱਛਾ ਅਤੇ ਹੁਣ ਆਪਾਂ ਫਿਲਮ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰਦੇ ਬਾਅਦ 'ਚ ਕੈਮਿਸਟਰੀ ਬਾਰੇ ਵੀ ਤੁਹਾਨੂੰ ਬਹੁਤ ਗੱਲਾਂ ਦੱਸਾਂਗੇ ਕਿ ਕਿਵੇਂ ਦੀ ਰਹੀ ਕੈਮਿਸਟਰੀ ਐਂਡ ਹਾਸਾ ਮਖੌਲ ਕਿੰਨਾ ਹੋਇਆ ਕਿਉਂਕਿ ਸੈੱਟ ਦੇ ਨਾਲ ਤੋਂ ਨਾ ਅਕਸਰ ਖੱਟੀਆਂ ਮਿੱਠੀਆਂ ਯਾਦਾਂ ਬਹੁਤ ਜੁੜ ਜਾਂਦੀਆਂ ਸੋ ਓਬਵੀਅਸਲੀ ਤੁਹਾਡੀਆਂ ਵੀ ਬੜੀਆਂ ਯਾਦਾਂ ਜੁੜੀਆਂ ਹੋਣੀਆਂ ਹਨਾ ਹਾਂਜੀ ਡੈਫੀਨੇਟਲੀ ਭੁੱਲੇ ਤਾਂ ਨਹੀਂ ਸੈੱਟ ਦੀਆਂ ਯਾਦਾਂ ਮੈਂ ਪਹਿਲੀ ਕਹਿ ਦਿੰਦੀ ਹਾਂ ਨਾ ਭੁੱਲਣਾ ਨਹੀਂ ਹੈ ਜੀ ਅਤੇ ਸੈੱਟ ਦੇ ਦੌਰਾਨ ਸਰ ਵੀ ਨਾਲ ਹੋਣੇ ਆ ਮਤਲਬ ਕਿ ਮਿਸਟਰ ਕੌਰ ਸਿੰਘ ਸਰ ਵੀ ਹੋਣੇ ਆ ਉੱਥੇ ਹਨਾ ਉਹਨਾਂ ਨੂੰ ਤੁਸੀਂ ਮਿਲੇ ਹੋਣੇ ਆ ਉਹਨਾਂ ਤੋਂ ਕਾਫੀ ਕੁਝ ਸਿੱਖਿਆ ਹੋਣਾ ਓਬਵੀਅਸਲੀ ਹੈ ਨਾ ਸੋ ਉਹਨਾਂ ਨੂੰ ਮਿਲ ਕੇ ਪਹਿਲਾਂ ਤਾਂ ਕਿਵੇਂ ਦਾ ਲੱਗਾ ਉਹਨਾਂ ਦਾ ਬਿਹੇਵੀਅਰ ਕਿਵੇਂ ਦਾ ਲੱਗਾ ਕਿ ਸਪੋਰਟਸ ਪਰਸਨ ਹੈ ਇੱਕ ਵੀ ਹਾਂ ਉਹਨਾਂ 'ਚ ਉਹ ਰੋਬ ਸੀਗਾ ਬਹੁਤ ਜ਼ਿਆਦਾ ਸੀ ਡੈਫੀਨੇਟਲੀ ਉਹ ਨਹੀਂ ਤਾਂ ਜਿਹੜੀ ਹਾਈਟ ਹੈ ਉਹ ਵੀ ਇਟਸੈਲਫ ਦੱਸਦੀ ਹੈਗੀ ਇਹ ਵੀ 6'4" ਆਈ ਥਿੰਕ ਅਰਾਊਂਡ 6+ ਹੈਗਾ ਹੈ ਨਾ ਇੰਨੀ ਪਰਸਨੈਲਿਟੀ ਖੁੱਲੀ ਦਾੜੀ ਵਧੀਆ ਐਨ ਮਤਲਬ ਟੌਰ ਵਾਲੀ ਪੱਗ ਬੰਨੀ ਹੋਈ ਉਹਨਾਂ ਨੇ ਹੈ ਨਾ ਖੁੰਡਾ ਹੱਥ 'ਚ ਫੜਿਆ ਅਤੇ ਮਤਲਬ ਉਹਨੇ ਪਰਸਨੈਲਿਟੀ ਦੱਸ ਰਹੀ ਹੈਗੀ ਵੀ ਹੈ ਨਾ ਉਹਨਾਂ ਨੇ ਲਾਈਫ ਦੇ ਵਿੱਚ ਸਪੋਰਟਸ ਪਰਸਨ ਨੇ ਹੈ ਨਾ ਜੀ ਅੱਛਾ ਉਹਨਾਂ ਦਾ ਬਿਹੇਵੀਅਰ ਕਿਵੇਂ ਦਾ ਲੱਗਾ ਤੁਹਾਨੂੰ ਉਹਨਾਂ ਨਾਲ ਮਿਲ ਕੇ ਗੱਲਾਂ ਕਰਕੇ ਪ੍ਰਭ ਤੁਹਾਨੂੰ ਕਿਵੇਂ ਦਾ ਲੱਗਾ ਬਹੁਤ ਵਧੀਆ ਸੀ ਬਟ ਉਹਨਾਂ ਦੀ ਪਰਸਨੈਲਿਟੀ ਦੇਖ ਕੇ ਲੱਗਦਾ ਸੀ ਅੱਛਾ ਕੋਈ ਹੈ ਹੈ ਨਾ ਮਤਲਬ ਇੱਕ ਬੰਦਾ ਦੇਖ ਕੇ ਆਪਾਂ ਕਹਿ ਦਿੰਦੇ ਹਾਂ ਕਿ ਵਾਹ ਹੈ ਨਾ ਉਹ ਗੱਲ ਸੀਗੀ ਉਹਨਾਂ ਦੀ ਇੰਨੀ ਹਾਈਟ ਇੰਨੇ ਸੋਹਣਾ ਉਹਨਾਂ ਨੇ ਆਪਣੇ ਆਪ ਨੂੰ ਮੇਨਟੇਨ ਰੱਖਿਆ ਹੋਇਆ ਅੱਜ ਵੀ ਬਟ ਉਹਨਾਂ ਰੋਬ ਉਹੀ ਫੌਜੀਆਂ ਵਾਲਾ ਬਿਲਕੁਲ ਉਹ ਬਹੁਤ ਵਧੀਆ ਲੱਗੇ ਜਦੋਂ ਵੀ ਆਉਂਦੇ ਸੀ ਨਾ ਉਹਨਾਂ ਦੇ ਉਹ ਜੈਕਟ ਪਾਏ ਹੁੰਦਾ ਸੀ ਆਪਣਾ ਬਲੇਜ਼ਰ ਤੇ ਉਹ ਦੇਖ ਕੇ ਲੱਗਦਾ ਸੀ ਅੱਛਾ ਵੀ ਇੰਨੀ ਗਰਮੀ ਵਿੱਚ ਵੀ ਫਿਰ ਵੀ ਉਹਨਾਂ ਨੂੰ ਉਹ ਹੈਗੀ ਉਹ ਚੀਜ਼ ਨਾਲ ਅੱਜ ਵੀ ਪਿਆਰ ਹੈਗਾ ਆ ਕਿ ਮੇਰਾ ਇਸ ਨਾਲ ਨਾਮ ਬਣੇ ਰਿਹਾ ਹੈ ਨਾ ਕੋਈ ਫਿਲਮ ਬਣ ਰਹੀ ਆ ਉਹ ਸੋਚ ਕੇ ਬਹੁਤ ਵਧੀਆ ਲੱਗ ਰਿਹਾ ਸੀ ਨੇਚਰ ਉਹਨਾਂ ਬਹੁਤ ਵਧੀਆ ਤੇ ਬਹੁਤ ਵਧੀਆ ਲੱਗਿਆ ਸਭ ਕੁਝ। ਅੱਛਾ ਸੈੱਟ ਦੀਆਂ ਗੱਲਾਂ ਕਰਨੀਆਂ ਆਪਾਂ ਬਹੁਤ ਸਾਰੀਆਂ ਠੀਕ ਹੈ ਜੀ ਕਿਉਂਕਿ ਸੈੱਟ ਤੇ ਮੈਨੂੰ ਪਤਾ ਮਸਤੀ ਬਹੁਤ ਜ਼ਿਆਦਾ ਹੁੰਦੀ ਆ ਹੈ ਨਾ ਹੁਣ ਤੁਸੀਂ ਦੱਸਣੀਆਂ ਸੈੱਟ ਤੇ ਖੱਟੀਆਂ ਮਿੱਠੀਆਂ ਯਾਦਾਂ ਮੈਨੂੰ ਠੀਕ ਹੈ ਓਬਵੀਅਸਲੀ ਤੈਨੂੰ ਯਾਦ ਤਾਂ ਹੋਣੀਆਂ ਹੀ ਆ ਪੂਰਾ ਹੀ ਪੂਰਾ ਹੀ ਇਹਨਾਂ ਦੀ ਮੰਮੀ ਤੇ ਡਾਂਗਾ ਪਈਆਂ ਨੇ ਪੂਰੇ ਸਾਰੇ ਬਹੁਤ ਜ਼ਿਆਦਾ ਇਹਨਾਂ ਦੇ ਕੁੱਟ ਪਈ ਸੀ ਮੰਮਾ ਤੋਂ ਰੀਅਲੀ ਅੱਛਾ ਕੁੱਟ ਕਿਹੜੀ ਗੱਲ ਤੋਂ ਪਈ ਪੰਗੇ ਲੈਂਦੇ ਸੀ ਮੇਰੇ ਘਰ ਆ ਕੇ ਬਿਨਾਂ ਦੱਸੇ ਹਾਈ ਰੱਬਾ ਇਹਨਾਂ ਸਾਲ ਹੁੰਦਾ ਪਣੀ ਸੀ ਨਾ ਇਹਨਾਂ ਸਾਲ ਹੁੰਦਾ ਇਹ ਬਸ ਦੇਖਣੇ ਸਭ ਲੱਗਦਾ ਆ ਓ ਮਾਈ ਗੋਡ ਇਹ ਤਾਂ ਫਿਲਮ ਚ ਜਾ ਕੇ ਦੇਖਿਓ ਕਿਦਾਂ ਦਾ ਆ ਇਹ ਪੱਤੇ ਹੌਲੀ ਹੌਲੀ ਖੁੱਲ ਰਹੇ ਨੇ ਹਨਾ ਐਕਸਾਈਟਮੈਂਟ ਦੇਖੋ 22 ਤਰੀਕ ਨੂੰ ਪਤਾ ਲੱਗੂਗਾ ਕਿੰਨਾ ਨੋਟੀ ਹੈ ਅੱਛਾ ਰੀਅਲ ਜ਼ਿੰਦਗੀ ਦੇ ਵਿੱਚ ਤਾਂ ਨਹੀਂ ਹੈਗੇ ਹਨਾ ਉਹਨੇ ਨਹੀਂ ਸੋ ਉਹ ਜਿਹੜਾ ਉਹ ਸਕਰੀਨ ਤੇ ਮਿਲ ਕੇ ਸ਼ੋਅ ਕਰਨ ਦੇ ਵਿੱਚ ਸੋ ਟਾਈਮ ਨਹੀਂ ਲੱਗਿਆ ਫਿਰ ਕਿ ਨਹੀਂ ਈਜ਼ੀਲੀ ਹੋ ਗਿਆ ਨਹੀਂ ਨਹੀਂ ਦੇਖੋ ਉਹ ਤਾਂ ਪਾਰਟ ਆਫ ਕਿਉਂਕਿ ਥੀਏਟਰ ਆਰਟਿਸਟ ਨੇ ਨਾ ਹਾਂਜੀ ਹਾਂਜੀ ਈਜ਼ੀਲੀ ਹੋ ਗਿਆ ਸੀ ਹੋ ਗਿਆ ਸੀ ਬਿਲਕੁਲ ਅੱਛਾ ਇੱਕ ਨਾ ਉਹ ਹੁੰਦਾ ਹੈ ਪਰਮ ਜੀ ਜਿਵੇਂ ਆਪਾਂ ਨੂੰ ਹੁੰਦਾ ਕਿ ਡਾਇਰੈਕਟਰ ਨਾ ਸਾਨੂੰ ਕਹਿੰਦਾ ਕਿ ਆਹ ਡਾਇਲੋਗ ਮਿਲ ਗਿਆ ਸਾਨੂੰ ਤੇ ਤੁਸੀਂ ਇਹਨੂੰ ਇਦਾਂ ਇਦਾਂ ਕਰਨਾ ਆ ਠੀਕ ਹੈ ਪਹਿਲੀ ਵਾਰ ਤੁਹਾਡੇ ਕੋਲ ਉਹ ਟੇਕ ਬਿਲਕੁਲ ਸਹੀ ਹੋਇਆ ਸੀ ਕਿ ਨਹੀਂ ਦੇਖੋ ਡੈਫੀਨੇਟਲੀ ਐਜ਼ ਐਨ ਐਕਟਰ ਹਰੇਕ ਬੰਦਾ ਟਰਾਈ ਕਰਦਾ ਪਰ ਉਹਨੇ ਬੈਸਟ ਐਫਰਟ ਦੇਣਾ ਉਹਨਾਂ ਨੂੰ ਬਟ ਸਮਟਾਈਮਸ ਡਾਇਰੈਕਟਰ ਦਾ ਵਿਜ਼ਨ ਡੈਫੀਨੇਟਲੀ ਡਾਇਰੈਕਟਰ ਸਾਹਿਬ ਵਿਕਰਮ ਪ੍ਰਧਾਨ ਜੀ ਬਹੁਤ ਹੀ ਕੰਫਰਟ ਜ਼ੋਨ ਰੱਖਦੇ ਹੈਗੇ ਅਤੇ ਬੜੇ ਡਿਸਿਪਲਿਨਡ ਬੜੇ ਕ੍ਰੀਏਟਿਵ ਪਰਸਨੈਲਿਟੀ ਨੇ ਉਹਨਾਂ ਦੀ ਅਤੇ ਬਟ ਜਦੋਂ ਉਹ ਕੋਈ ਸੀਨ ਦਿੰਦੇ ਹੈਗੇ ਆ ਤਾਂ ਪਹਿਲਾਂ ਬਰੀਫ ਦਿੰਦੇ ਆ ਉਹਦਾ ਸੋ ਬਰੀਫ ਦੇਖਣ ਤੋਂ ਬਾਅਦ ਆਪਾਂ ਐਜ਼ ਐਨ ਐਕਟਰ ਇੰਟਰੋਡਕਸ਼ਨ ਲਿੱਤੀ ਆਪਾਂ ਐਗਜ਼ੀਕਿਊਸ਼ਨ ਕੀਤੀ ਬਟ ਸਮਟਾਈਮਸ ਕਈ ਸੀਨ ਹੋ ਜਾਂਦੇ ਜਿੱਥੇ ਵਿੱਚ ਉਹਨਾਂ ਨੂੰ ਲੱਗਦਾ ਵੀ ਨਹੀਂ ਯੂ ਨੋ ਵੀ ਨੀਡ ਮੋਰ ਟੇਕਸ ਕਿਉਂਕਿ ਉਹ ਬੜੇ ਪਰਫੈਕਸ਼ਨਿਸਟ ਨੇ ਇੱਕ ਚੀਜ਼ ਜ਼ਰੂਰ ਹੈ ਵੀ ਮੈਂ ਮਤਲਬ ਬਹੁਤ ਵੱਡਾ ਫੈਨ ਹਾਂ ਉਹਨਾਂ ਦਾ ਕਿਉਂਕਿ ਉਹਨਾਂ ਦਾ ਜਿਹੜਾ ਕੰਮ ਹੈ ਨਾ ਉਹ ਤੁਹਾਨੂੰ 22 ਤਰੀਕ ਨੂੰ ਦੇਖ ਕੇ ਪਤਾ ਲੱਗੂਗਾ 22 ਤੋਂ ਪਹਿਲਾਂ ਵੀ ਕਹਿ ਲਓ ਵੀ ਤੁਸੀਂ ਟ੍ਰੇਲਰ ਦੇਖਿਆ ਗਾਣੇ ਦੇਖੇ ਹੈਗੇ ਆ ਤਾਂ ਉਹਨਾਂ ਦੀ ਕ੍ਰੀਏਟੀਵਿਟੀ ਸਪੀਕਸ ਇਟਸੈਲਫ ਵੀ ਕਿੰਨਾ ਮਾਸਟਰ ਪੀਸ ਕ੍ਰੀਏਟ ਕੀਤਾ ਜਿਵੇਂ ਮੇਕਿੰਗ ਦੇਖੋ ਮੇਕਿੰਗ ਦੇਖ ਕੇ ਤੁਹਾਨੂੰ ਪਤਾ ਲੱਗ ਜੂ ਵੀ ਇੰਨੀ ਸ਼ਾਨਦਾਰ ਚੀਜ਼ ਉਹਨਾਂ ਨੇ ਫਿਲਮ ਦੀ ਜਿਹੜੀ ਮੇਕਿੰਗ ਹੈ ਉਹ ਆਮ ਫਿਲਮਾਂ ਵਾਂਗੂ ਥੋੜ੍ਹੀ ਹੈ ਮਤਲਬ ਲੱਗਦੀ ਹੈ ਤੁਹਾਨੂੰ ਕਿਤੇ ਪੰਜਾਬੀ ਦੀ ਫਿਲਮ ਦੀ ਮੇਕਿੰਗ ਹੈ ਉਹ ਸੋ ਸਾਰੀ ਚੀਜ਼ਾਂ ਦੇ ਨਾਲ
ਜੀ ਵਧੀਆ ਬੰਦੀ ਇਹ ਕਿਤੇ ਉਹਨਾਂ ਨੇ ਲਿਖ ਕੇ ਦਿੱਤਾ ਮੇਰੀ ਤਾਰੀਫ ਐਦਾਂ ਐਦਾਂ ਕਰਨੀ ਆ ਉਹ ਤੇਰੀ ਬਾਈ ਨੂੰ ਸਾਰਿਆਂ ਨੇ ਦੇਖ ਲਿਆ ਹੋਣਾ ਪਤਾ ਲੱਗ ਨਹੀਂ ਮੈਂ ਸੁਣਿਆ ਸੱਚੀ ਕਹਿੰਦੇ ਵੀ ਡਾਇਰੈਕਟਰ ਕਹਿੰਦੇ ਹੁੰਦੇ ਨਹੀਂ ਨਹੀਂ ਆ ਸਹੀ ਨਹੀਂ ਹੋਇਆ ਦੁਬਾਰਾ ਕਰੋ ਇਹਨੂੰ ਇਹ ਟੇਕ ਸਹੀ ਨਹੀਂ ਆ ਇਹਨੂੰ ਤੁਸੀਂ ਦੋ ਵਾਰੀ ਕਰੋ ਚਾਰ ਵਾਰੀ ਕਰੋ ਸੋ ਐਦਾਂ ਹੁੰਦਾ ਬਾਰ ਬਾਰ ਟੇਕ ਉਹਨਾਂ ਨੇ ਕਿਹਾ ਕਿ ਨਹੀਂ ਇਦਾਂ ਨਹੀਂ ਹੁੰਦਾ ਨਹੀਂ ਨਹੀਂ ਉਹਨਾਂ ਨੇ ਤੇ ਮੈਂ ਕਹਿੰਦਾ ਉਹ ਤਾਂ ਸਗੋਂ ਉਹਨਾਂ ਕੋਲ ਇੰਨੀ ਆਫਰਸ ਨੇ ਨਾ ਉਹ ਬਹੁਤ ਲਿਮਿਟਿਡ ਕੰਮ ਕਰਦੇ ਤੇ ਵਿਦ ਓਨਲੀ ਲਿਮਿਟਿਡ ਪੀਪਲ ਹਨਾ ਅਦਰਵਾਈਜ਼ ਅੱਜ ਦੀ ਤਰੀਕ ਨੂੰ ਆਪਣੇ ਫਿਲਮ ਜਦੋਂ ਤੁਹਾਨੂੰ ਸਾਰਿਆਂ ਨੇ ਦੇਖ ਲੈਣਾ ਵੀ ਕਿੰਨਾ ਸ਼ਾਨਦਾਰ ਕੰਮ ਹੈ ਜਦੋਂ ਮੇਕਿੰਗ ਜਦੋਂ ਬ੍ਰਾਂਡ ਵੀ ਰਹੀ ਸੀ ਉਹ ਤੋਂ ਬਾਅਦ ਵੀ ਪੀਪਲ ਸਟਾਰਟਡ ਅਪਰੋਚਿੰਗ them ਬਟ ਆਈ ਮੀਨ ਐਸ ਆ ਸੈਡ ਹੀ ਇਜ਼ ਮਾਸਟਰ ਕਲਾਸ ਪੀਪਲ ਪਰਫੈਕਸ਼ਨਿਸਟ ਹੀ ਓਨਲੀ ਲਾਈਕ ਅਮੀਰ ਖਾਨ ਨਹੀਂ ਪੰਜਾਬੀ ਦੇ ਹਿੰਦੀ ਦੇ ਮੈਂ ਲੈ ਗਏ ਨੇ ਬਟ ਪੰਜਾਬੀ ਦੇ ਤਾਂ ਹੈਗੇ ਹੀ ਨਹੀਂ ਜੀ ਬਿਲਕੁਲ ਇੱਕ ਅਲੱਗ ਕਨਸੈਪਟ ਆ ਰਿਹਾ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਹਨਾ ਕਿ ਇਸ ਕਨਸੈਪਟ ਤੇ ਆਪਾਂ ਮੂਵੀ ਬਣਾ ਸਕਦੇ ਹਾਂ ਸਟਾਰ ਕਾਸਟ ਇਦਾਂ ਦਾ ਕਰ ਸਕਦੇ ਹਾਂ ਹਨਾ ਸੋ ਅੱਛਾ ਕਿੰਨਾ ਟਾਈਮ ਲੱਗ ਗਿਆ ਕਿ ਤੁਹਾਨੂੰ ਸ਼ੂਟਿੰਗ ਦੇ ਦੌਰਾਨ ਇਹ ਸਭ ਕਿੰਨਾ ਟਾਈਮ ਲੱਗਾ ਸ਼ੂਟਿੰਗ ਨੂੰ ਮੂਵੀ ਪੂਰੀ ਹੋਣ ਨੂੰ ਕੁਝ ਸ਼ੂਟਿੰਗ ਦਾ 2 ਮਹੀਨੇ ਸ਼ੂਟਿੰਗ ਹੈ ਅਪਰੋਕਸੀਮੇਟਲੀ 60 ਡੇਜ਼ ਦਾ ਸ਼ੂਟ ਹੈਗਾ ਉਸ ਤੋਂ ਬਾਅਦ ਪੋਸਟ ਪ੍ਰੋਡਕਸ਼ਨ ਵਰਕ 3-4 ਮਹੀਨੇ ਗਾਣੇ ਦੇ ਸਨ 6 ਮਹੀਨੇ ਚ ਪ੍ਰੋਜੈਕਟ ਸਾਰਾ ਮਤਲਬ ਆਬਵੀਅਸਲੀ 6 ਮਹੀਨੇ ਦਾ ਆਪਾਂ ਗੱਲ ਕਰ ਰਹੇ ਹਾਂ ਫਿਲਮ ਜਿਹੜੀ ਸ਼ੂਟਿੰਗ ਟੂ ਦ ਪੋਸਟ ਪ੍ਰੋਡਕਸ਼ਨ ਟੂ ਦ ਥੀਏਟਰਸ ਬਟ ਇਹੋ ਜੀ ਜਿਹੜੀ ਮੂਵੀਜ਼ ਹੁੰਦੀਆਂ ਨੇ ਬਾਇਓਪਿਕ ਇਹਨਾਂ ਤੇ ਪ੍ਰੀ ਵਰਕ ਰਾਈਟਿੰਗ ਪਾਰਟੀ ਲਾ ਲਓ ਜੀਆ ਤੱਖੜ ਜੀ ਰਾਈਟਰ ਨੇ ਇਹਨਾਂ ਦੇ ਜਿਨ੍ਹਾਂ ਨੇ ਸਟੋਰੀ ਉਸ ਤੋਂ ਬਾਅਦ ਵਿਕਰਮ ਜੀ ਨੇ ਵੀ ਮਤਲਬ ਕੋਲੈਬੋਰੇਸ਼ਨ ਦੇ ਵਿੱਚ ਕੰਮ ਕੀਤਾ 1.5-2 ਸਾਲ ਤਾਂ ਉਹ ਵਿਕਰਮ ਕੌਰ ਸਿੰਘ ਜੀ ਉਹਨਾਂ ਦੇ ਘਰੇ ਹੀ ਗੇੜੇ ਲਾਉਂਦੇ ਰਹੇ ਵੀ ਹਨਾ ਵੀ ਦੱਸੋ ਹੋਰ ਕੀ ਹੋਇਆ ਸੀ ਤੇ ਡਿਲਾਈਫ ਚੋਰ ਕੀ ਹੋਇਆ ਸੀ ਪਹਿਲਾਂ ਤਾਂ ਬੁੱਕ ਕਹਿੰਦੇ ਬੁੱਕ ਲਿਖਣੀ ਪੈਂਦੀ ਹੈ ਬੁੱਕ ਲਿਖਣੀ ਪੈਂਦੀ ਹੈ ਕੌਰ ਸਿੰਘ ਜੀ ਕਿਤਾਬ ਲਿਖੀ ਕਿਤਾਬ ਲਿਖਣ ਤੋਂ ਬਾਅਦ ਐਗਜ਼ੀਕਿਊਸ਼ਨ ਤੇ ਜਿਵੇਂ ਦੱਸਿਆ ਵੀ 6 ਮਹੀਨੇ ਚ ਆਪਣਾ ਜੀ ਅੱਛਾ ਤੁਸੀਂ ਗਾਣਿਆਂ ਦੀ ਗੱਲ ਕੀਤੀ ਹੈ ਨਾ ਮੂਵੀ ਦੇ ਵਿੱਚ ਸਾਨੂੰ ਗਾਣੇ ਮੈਂ ਪਹਿਲਾਂ ਤੁਹਾਨੂੰ ਪੁੱਛਾਂਗੀ ਤੁਹਾਡਾ ਫੇਵਰਿਟ ਕਿਹੜਾ ਗੀਤ ਹੈ ਇਸ ਮੂਵੀ ਦੇ ਵਿੱਚ ਦੇਖੋ ਕੁੜੀਆਂ ਤਾਂ ਵੈਸੇ ਜਿੱਥੇ ਨੱਚਣ ਟੱਪਣ ਮਿਲ ਜੇ ਤਾਂ ਵੈਸੇ ਉਹੀ ਫੇਵਰਿਟ ਹੁੰਦਾ ਆ ਸਹੀ ਹੈ ਜੀ ਮੂਵੀ ਦਾ ਇੱਕ ਬਹੁਤ ਸੋਹਣਾ ਸੌਂਗ ਹੈ ਜਿਹੜਾ ਕਿ ਮੈਨੂੰ ਪਰਸਨਲੀ ਮੇਰਾ ਬਹੁਤ ਫੇਵਰਿਟ ਆ ਉਹਦੇ ਵਿੱਚ ਮੈਨੂੰ ਡਾਂਸ ਕਰਨ ਨੂੰ ਮਿਲਿਆ ਸੀ ਤੇ ਮੈਂ ਬਹੁਤ ਸੋਹਣੀ ਤਿਆਰ ਵੀ ਹੋਈ ਸੀ ਮੈਂ ਬ੍ਰਾਈਡਲ ਵੀ ਤਿਆਰ ਹੋਈ ਸੀ ਤੇ ਹੁਣ ਕਿਹੜਾ ਘੱਟ ਸੋਹਣੇ ਲੱਗਦੇ ਆ ਤੇ ਉਹਦੇ ਵਿੱਚ ਇੱਕ ਸੌਂਗ ਹੈਗਾ ਆ ਕਿਹੜੇ ਅੰਬਰਾਂ ਦਾ ਹੁਸਨ ਉਤਾਰਿਆ ਤੇ ਗਾਣੇ ਦੀ ਗੱਲ ਹੋਈ ਹੈ ਤੇ ਗਾਣਾ ਸੋਹਣਾ ਤਾਂ ਬੰਦਾ ਹੀ ਹੈ ਨਾ ਚਲੋ ਜੀ ਫਿਰ ਸੁਣਦੇ ਆ ਗਾਣਾ ਫੇਰ ਕਰਦੇ ਗੱਲਾਂ ਬਾਤਾਂ ਤੇ ਗਾਣਾ ਤਾਂ ਫਿਰ ਤੁਸੀਂ ਸੁਣ ਹੀ ਲਿਆ ਸੋਹਣਾ ਲੱਗਾ ਨਾ ਖੁਸ਼ੀ ਦੇਖ ਲਓ ਚਿਹਰੇ ਤੇ ਫਿਰ ਬਾਕੀ 22 ਜੁਲਾਈ ਨੂੰ ਪਤਾ ਲੱਗ ਹੀ ਜਾਣਾ ਹੈ ਨਾ ਮੈਂ ਉਮੀਦ ਕਰਦੀ ਹਾਂ ਕਿ 22 ਜੁਲਾਈ ਨੂੰ ਧਮਾਕਾ ਹੋਣਾ ਬਹੁਤ ਵੱਡਾ ਦੇਖੀ ਜਾਇਆ ਅੱਛਾ ਐਦਾਂ ਤਾਂ ਨਹੀਂ ਹੋਇਆ ਕਿ ਦਿਨੇ ਸ਼ੂਟ ਕਰ ਲਿਆ ਠੀਕ ਹੈ ਤੇ ਫਿਰ ਉਹਨਾਂ ਨੇ ਕਿਹਾ ਕਿ ਰਾਤ ਨੂੰ ਕਾਲ ਕੀਤੀ ਨਹੀਂ ਬਾਬੇ ਨਾ ਸ਼ੂਟ ਸਹੀ ਨਹੀਂ ਹੋਇਆ ਤੁਹਾਨੂੰ ਨਾਈਟ ਨੂੰ ਕਿ ਆਉਣਾ ਪੈਣਾ ਹੈ ਦੁਬਾਰਾ ਸ਼ੂਟ ਕਰਨ ਦੇ ਲਈ ਨਹੀਂ ਐਦਾਂ ਕਦੇ ਹੋਇਆ ਨਹੀਂ ਆ ਪਰ ਉਹਨਾਂ ਨੇ ਉਹਦੀ ਉਸੇ ਟਾਈਮ ਸਭ ਕੁਝ ਦੇਖ ਲੈਂਦੇ ਕਿ ਪਰਫੈਕਟ ਹੈਗਾ ਇਹ ਹਨਾ ਅੱਛਾ ਆਪਣੇ ਆਪ ਨੂੰ ਤੁਹਾਨੂੰ ਕਿੰਨਾ ਕੁ ਪ੍ਰੀਪੇਅਰ ਕਰਨਾ ਪਿਆ ਇਸ ਰੋਲ ਦੇ ਲਈ ਕਿ ਮੈਂ ਆਪਣੀ ਬਾਡੀ ਨੂੰ ਇਸ ਤਰੀਕੇ ਨਾਲ ਫਿੱਟ ਕਰਨਾ ਜਿਵੇਂ ਤੁਸੀਂ ਹੇਅਰ ਦੀ ਗੱਲ ਕੀਤੀ ਹੈ ਨਾ ਚਲੋ ਡਾਇਰੈਕਟ ਆਬਵੀਅਸਲੀ ਹੈ ਨਾ ਕਿ ਇੱਕ ਨਹੀਂ ਦੋ ਵਾਰ ਨਹੀਂ ਤੀਜੀ ਵਾਰ ਤਾਂ ਸਹੀ ਹੋ ਹੀ ਜਾਂਦੇ ਆ ਪਰ ਫਿਜ਼ੀਕਲੀ ਆਪਣੇ ਆਪ ਨੂੰ ਕਿੰਨਾ ਕੁ ਤੁਹਾਨੂੰ ਸਟਰੋਂਗ ਕਰਨਾ ਪਿਆ ਫਿੱਟ ਕਰਨਾ ਪਿਆ ਉਹ ਤਾਂ ਤੁਸੀਂ ਮੇਕਿੰਗ ਦੇਖੀ ਹੈਗੀ ਹੈ ਜਿਹਦੇ ਵਿੱਚ ਮੈਂ 27 ਕਿਲੋ ਭਾਰ ਘਟਾਇਆ ਹੈ ਨਾ 27 ਕਿਲੋ ਤੇ ਤੁਸੀਂ ਮੇਕਿੰਗ ਦੇਖੀ ਹੈ ਵੀ ਆਬਵੀਅਸਲੀ ਹੁਣ ਤੁਸੀਂ ਮੁਹੰਮਦ ਅਲੀ ਨਾਲ ਮੈਚ ਲਾਉਣਾ ਹੈ ਤੇ 100 ਕਰੋੜ ਦੀ ਆਬਾਦੀ ਦੇ ਵਿੱਚ ਮਿਸਟਰ ਕੌਰ ਸਿੰਘ ਕੱਲਾ ਲੜਿਆ ਉਹਦੇ ਨਾਲ ਤੇ ਜੇ ਲੜਿਆ ਤਾਂ ਫਿਰ ਪਹਿਲਾਂ ਤਾਂ ਤੁਹਾਨੂੰ ਉਹਦੇ ਮੂੰਹ ਦੇਖਣਾ ਚਾਹੀਦਾ ਨਾ ਐਵੇਂ ਨਹੀਂ ਲੱਗਣਾ ਚਾਹੀਦਾ ਤੁਸੀਂ 100 ਕਿਲੋ ਦੇ ਤੁਰੇ ਆ ਰਹੇ ਹੋ ਮਤਲਬ ਹਨਾ ਬਟ ਉਹ ਤਾਂ ਚਲੋ ਵੈਸੇ ਵੀ ਐਕਟਰ ਨਹੀਂ ਕਰ ਸਕਦਾ ਕੋਈ ਹੈ ਜੇ ਬਟ ਡੈਫੀਨੇਟਲੀ ਉਹ ਜਿਹੜੀ ਟਰਾਂਸਫਰਮੇਸ਼ਨ ਹੈ ਸਭ ਤੋਂ ਪਹਿਲਾਂ ਉਹ ਹੈ ਵੱਡੀ ਹਨਾ ਉਹ ਮੇਕਿੰਗ ਸਾਰਿਆਂ ਨੇ ਦੇਖੀ ਵੀ ਕਿਵੇਂ ਉਹਦੀ ਮੇਕਿੰਗ ਬਣੀ ਹੈ ਉਹਦੀ ਮੇਕਿੰਗ ਆਫ ਕੌਰ ਸਿੰਘ ਹਨਾ ਤੇ ਆਪਣਾ ਸਾਲ ਦਾ ਟੋਟਲ ਸੀਗਾ ਪਹਿਲਾਂ ਆਪਾਂ ਸਟਾਰਟ ਕੀਤਾ ਸਿੰਪਲ ਐਕਸਰਸਾਈਜ਼ ਤੋਂ ਫਿਰ 6 ਮੰਥ ਸੋਲੋ ਬਾਕਸਿੰਗ ਦੇ ਸੀਗੇ ਇੱਕ ਗੱਲ ਮੈਨੂੰ ਕਰਮ ਜੀ ਦੀ ਬਹੁਤ ਵਧੀਆ ਲੱਗੀ ਸੀ ਜਦੋਂ ਵੀ ਅਸੀਂ ਜਿੱਦਾਂ ਹੋਟਲ 'ਚ ਆ ਜਾਣਾ ਹਨ ਤੇ ਉਹਦੀ ਪਤਾ ਲੱਗਣਾ ਕਰਮ ਅੱਛਾ ਡਾਈਟ ਵੀ ਨਾਲ ਬਹੁਤ ਬਹੁਤ ਵਧੀਆ ਹੁੰਦੀ ਸੀਗੀ ਉਹਦੇ ਇੱਕ ਪਤਾ ਲੱਗਣਾ ਫਿਰ ਕਰਮ ਜੀ ਕਿੱਥੇ ਨੇ ਜੋ ਰਨਿੰਗ ਤੇ ਗਏ ਨੇ ਅੱਛਾ ਦੋ ਦੋ ਤਿੰਨ ਦਿਨ ਘੱਟ ਨੇ ਇਹਨਾਂ ਨੇ ਆਪਣੀ ਰਨਿੰਗ ਐਕਸਰਸਾਈਜ਼ ਤੇ ਲਗਾਉਂਦੇ ਰਹਿੰਦੇ ਸੀ ਮੈਂ ਕਿ ਇੰਨੀ એનર્ਜੀ ਹੈਗੀ ਤੁਹਾਡੇ 'ਚ ਮਤਲਬ ਹੁਣ ਤੁਸੀਂ ਸੈੱਟ ਤੋਂ ਆਏ ਹੋ ਲਾ ਕੇ ਫਿਰ ਰਨਿੰਗ ਤੇ ਬਟ ਉਹ ਵਧੀਆ ਚੀਜ਼ ਆ ਇੱਕ ਆਪਣੇ ਆਪ ਨੂੰ ਇੰਨਾ ਜ਼ਿਆਦਾ ਪ੍ਰਿਪੇਅਰ ਕੀਤਾ ਹੈ ਪ੍ਰਿਪੇਅਰ ਕਰਨਾ ਐਕਚੁਅਲੀ ਜਨੂਨ ਹੁੰਦਾ ਨਾ ਕਿ ਮੈਂ ਮੂਵੀ ਕਰ ਰਿਹਾ ਤੇ ਮੈਂ ਉਹਦੇ ਵਿੱਚ ਆਪਣਾ 100 ਨਹੀਂ 200% ਦੇਣਾ ਹੈ ਅੱਛਾ ਮੈਂ ਤਾਂ ਤੋਂ ਪੁੱਛ ਰਹੀ ਸੀ ਕਿ ਜਿਵੇਂ ਤੁਸੀਂ ਐਕਸਪੀਰੀਅੰਸ ਕੀਤਾ ਹੈ ਨਾ ਉਹਨਾਂ ਨਾਲ ਮਿਲੇ ਤੁਸੀਂ ਕਾਫੀ ਟਾਈਮ ਸਪੈਂਡ ਵੀ ਕੀਤਾ ਹੋਣਾ ਆ ਸੋ ਨਿੱਕੀਆਂ ਨਿੱਕੀਆਂ ਗੱਲਾਂ ਬਹੁਤ ਮਾਇਨੇ ਰੱਖਦੀਆਂ ਇਹਨੂੰ ਇਸ ਤਰੀਕੇ ਨਾਲ ਕਰਨਾ ਇਹਨੂੰ ਉਦਾਂ ਕਰਨਾ ਸੋ ਉਹਨਾਂ ਦੇ ਬਿਹੇਵੀਅਰ 'ਚ ਚਿੜਚਿੜਾਪਨ ਲੱਗਿਆ ਤੁਹਾਨੂੰ ਕਿਤੇ ਕਿ ਨਹੀਂ 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 ਆਬਵੀਅਸਲੀ ਇੱਕ ਤਾਂ ਏਜ ਵੀ ਹੈ ਨਾ ਕਾਫੀ ਹੋ ਗਈ ਉਹਨਾਂ ਦੀ ਤੇ ਇਸ ਵੈਰੀ ਜੈਨਰਸ ਸੌਫਟ ਪਰਸਨ ਹੈਗੇ ਆ 4 ਵਾਰੀ ਇੱਕ ਦਿਨ ਅਸੀਂ ਪਹਿਲਾਂ ਲਾਂਚਿੰਗ ਕੀਤੀ ਸੀਗੀ ਉਹ ਤੋਂ ਬਾਅਦ ਇੱਕ ਦਿਨ ਮੈਚ 'ਤੇ ਆਏ ਸੀ ਮੁਹੰਮਦ ਅਲੀ ਵਾਲੇ ਮੈਚ 'ਤੇ ਇੱਕ ਦਿਨ ਫਿਰ ਰਾਤ ਨੂੰ ਗਾਣੇ 'ਤੇ ਆਏ ਸੀਗੇ ਸੋ 4 ਕੁੜੀ ਆਏ ਇਨ ਟੋਟਲ ਬਟ ਇਜ਼ ਵੈਰੀ ਯੂ ਨੋ ਜੈਨਰਸ ਸੌਫਟ ਸਪੋਕਨ 300 ਤਗਮੇ ਜਿਹੜੇ ਉਹਨਾਂ ਨੇ ਹਾਸਿਲ ਕੀਤੇ ਹਨ ਲਾਈਕ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਪੰਜਾਬ ਦਾ ਕੀਤਾ ਪਰ ਫਿਰ ਵੀ ਇੱਕ ਚੀਜ਼ ਕਰਕੇ ਉਹ ਵਾਂਝੇ ਰਹਿ ਗਏ ਹਨਾ
है ना, जो टाइम सीगा जो मिल्क अपने मिस्टर मक्खण सिंह जी मतलब वह एक्सपायर हो गए थे, वो तो बाद बैटिंग आलिया ने क्रिकेट आलिया ने अपने बैट नीलाम करते बॉलों नीलाम करती कहें भी साढ़े घर की आ स्थिति है भी मेरे को है आलू जी अर्जुन अवार्डी नीलाम कर रही है मैं, मतलब वह सिचुएशन आ गई भी बंदे इंडिया का इन्ना टॉप का अवार्ड मिले हो तो हालत यह होगी भी वह कहना मेरा इनाम नीलाम करा लो है ना। वो तो बाद भी हूँ पिछले जो बीमार हुए है मैं कहना भी शाहरुख खान ने 5 लाख रुपए दिता, दसो भी घट्टो घट्ट पंजाब 5 लाख देने वाले नहीं भी शाहरुख खान को देने पै गए भी भी उन्हें अपने ना कंट्री का नाँ रोशन किया मोहम्मद अली नाल मैच लड़ा है तो उस बाद बाकी होर उन्होंने किन्ने अर्जुन अवार्डी तो सिवाए किन्ने मैडल जितते है भी मैं 5 लाख रुपए दिना भी यह शर्म वाली गल नहीं पंजाब वाले वास्ते भी घट्टो घट्ट भी कोई पैसे नहीं दे सके घट्टो घट्ट किसी ने मतलब जो पता लगे बीमार है घट्टो घट्ट कोई इनिशिएट एफर्ट तो कर देना। सो उस तो बाद मतलब तुम ला लो भी हिसाब भी की मतलब यू नो सो वह बहुत बड़ा एक रियलिटी ट्रुथ है ना, इट्स अ कंप्लीट फैमिली एंटरटेनमेंट मूवी इन्नी कॉमेडी है ना पूरी वधिया कॉमेडी है ना फर्स्ट हाफ के तो बाद सैकंड हाफ के जिम्मे ट्रांजिशन आता प्रॉपर शो हों भी लाइफ के रियलिटी हों की है इवें ही अजक वैसे भी होंगे बंद की जो चढ़त होंगी है पूरी उदों तो बह जा हरेक बंदा तो आऊगा जिदन थोड़ा डिकलाइन आ गया जब तुम थले चले गए कोई नहीं पुछता जी तुम है ना मोहताज होना पै रहा किसी वाल देखना पै रहा जबकि उन्होंने होना चाहिए कि ऐश की जिंदगी जीन जो अपने देश लिए किया एक वाइफ ना हमेशा साथ दिंदी अपने हसबेंड का चाहे उपर हो चाहे नीचे हो ना। सो प्रभ ने किन्ना क साथ दिता इन्होंने 100% दिता जी की कहने प्रॉपर पूरा ही तो फिल्म शो भी होंगे तो परहैप्स जो लेटर पार्ट ऑफ द मूवी है एक मतलब जो मतलब ओबियसली एज मतलब एक उही मैं दिखाया ना किन्ने ट्रांजिशन ने एंड भी दिखाया अपना बंदे का मतलब एंड लाइफ की हो रही है तो वो तक नाल ने है ना। तो कई सीनस के इन्ना है भी एक बहुत इंटेंस सीन है मतलब ये भी दरवाजे को जाके वापस आ जाते हैं मतलब इन्हों तो भी कई चीज़ा नहीं देखिया जाए है ना कई जो हासा मजाक है बच्चा पुछता भी हाँ पापा दुनिया तो कहती है भी तुम बहुत बड़े मुक्काबाज हैं तो अज आ हालात क्यों हुई पी है इंटेंसिटी ऑफ द सीन इन्नी है ना कि मतलब वो सीन देख के ही मतलब इन्नी इंटेंसिटी है ना उस सीन के भी सीन मे बी 30 सैकेंड का होगा 1 मिनट का होगा मैं कहना बंदा कहना भी यार दिस इज द बंदे नू अपने ना अपनो करैक्टर च लियाउणा पैंदा है ना जिवें आई थिंक रणवीर कपूर रणवीर सिंह ने पिछे एक फिल्म कीती जिहदे विच उहने अपने आप नू इनक्लोज्ड कर लिया सी एक अपार्टमेंट दे विच है ना। सो कहण दा मतलब है जदों लेटर हाफ जो आप 30 मिनट्स 20 मिनट्स का मूवी का है वो कंप्लीटली डिफरेंट है फ्रॉम फर्स्ट हाफ वो कभी कहीं थोड़ू भावे जिमें कह लो भी आप हासा मजाक कर रहे हैं बट ऑल ऑफ सडन तो डिफरेंट जोन च जा रहे हैं तो अपने आप चेंज करना पैंता है ना क्योंकि फिर यू हैव टू बी वेरी यू नो इन अ डिफरेंट काइंड ऑफ यू नो एक्सपीरियंस है ना डेफिनेटली एंड बहुत कुछ चीजें सीखने को भी मिली होनी है ना। अच्छा की सीखने को मिला ये मैं जरूर पूछांगी। अब प्रभ दी टर्न होगी उन्होंने दसा कि उन्होंने गाना केड़ा फेवरेट है केड़ा पसंद है ना उन्होंने दस दिता कि मैं डांस बहुत सोहना किया देख भी लिया तो आपका केड़ा फेवरेट है इस मूवी के विच। हां जी मेरा है जी फिल्म का टाइटल ट्रैक कमाल खान जी ने गाया है इश्के विच प्यार इश्के विच पैर ठीक है जी इश्के विच पैर जिहड़ा है कि इन्होंने जी पा लिया आ वह भी प्रभ दे है ना। चलो कोई गल नहीं फिर गीत तो सुनना बनता है ना। चलो जी गीत सुन लें। अच्छा गल्लां बातां नहीं मैं नहीं हूँ कुछ भी बोलना है बोलना हूँ तुसीं दोवां ने आ मूवी दे विच ना डायलॉग्स बहुत घेंट घेंट मैनूं पता होणगे रोमांटिक भी आ ठीक है एक्शन भी आ ड्रामा भी आ ते हुण मैं डायरैक्टर हाँ ठीक है ते हुण तुहानूं मैं डायलॉग तो मैनूं पता नहीं कहिंदे पर डायलॉग तुसीं बोल के दसणे आ ठीक है। तुसीं इक सीन क्रिएट करना प्यारा जिहा उहनूं तुसीं क्रिएट करो मैं एक्शन बोलांगी उदों करना ठीक है मूवी दा ही डेफिनेटली जी एक्शन। अज अपनी पहली नाइट आ छोटी जी कमिस्ट्री जिहड़ी तुसीं इत्थे देखी आ उम्मीद करदी तुहानूं चंगी लगी होणी है ना। सो इही सानूं ड्रामा देखण नूं मिलेगा मूवी च। हां जी बिल्कुल बहुत तुहानूं वधिया लगूगी देख के फिल्म। ओके अच्छा इस तों इलावा सानूं होर की स्पैशल इस मूवी दे विच देखण नूं मिलूगा
ਦੇਖੋ ਐਜ਼ ਅਦਰ ਪੰਜਾਬੀ ਮੂਵੀਜ਼ ਇਹ ਵੀ ਇੱਕ ਕਮਰਸ਼ੀਅਲ ਮੂਵੀ ਹੈਗੀ ਹੈ, ਫੈਮਿਲੀ ਐਂਟਰਟੇਨਮੈਂਟ ਡਰਾਮਾ ਹੈਗਾ ਜਿਹਦੇ ਵਿੱਚ ਹਾਸਾ ਮਜ਼ਾਕ ਵੀ ਬਹੁਤ ਜ਼ਿਆਦਾ ਹੈਗਾ, ਕੁਛ ਲਰਨਿੰਗਸ ਵੀ ਹੈਗੀਆਂ ਮੂਵੀ ਦੇ ਵਿੱਚੋਂ, ਰਿਐਲਿਟੀ ਵੀ ਹੈਗੀ ਹੈ, ਅਤੇ ਸਾਨੂੰ ਤੁਹਾਡੇ ਸਾਥ ਦੀ ਵੀ ਬਹੁਤ ਜ਼ਿਆਦਾ ਲੋੜ ਹੈ, ਹੈ ਨਾ, ਕਿਉਂਕਿ ਇਹ ਇੱਕ ਇਹੋ ਜਿਹੀ ਇੰਡਸਟਰੀ ਬਣ ਗਈ ਹੈ ਪਿਛਲੇ 10 ਸਾਲਾਂ ਦੇ ਵਿੱਚੋਂ ਜਿਹਦੇ ਵਿੱਚ ਮੋਸਟ ਆਫ ਦ ਟਾਈਮ ਪ੍ਰੈਫਰਡ ਸਿੰਗਰ ਐਕਟਰਸ ਆਉਂਦੇ ਆ, ਹੈ ਨਾ, ਅਤੇ ਅਸੀਂ ਚਾਹੁੰਦੇ ਹਾਂ ਵੀ ਨਵੇਂ ਆਰਟਿਸਟ ਆਉਣ, ਉਹਨਾਂ ਨੂੰ ਮਤਲਬ ਅੱਗੇ ਲਿਆਂਦਾ ਜਾਵੇ, ਤਾਂ ਕਿ ਅੱਜ ਕੋਈ ਇਹੋ ਜਿਹਾ ਪ੍ਰੋਡਿਊਸਰ ਇਹ ਨਾ ਸੋਚੇ ਵੀ ਮੈਂ ਇਹ ਨਵੇਂ ਆਰਟਿਸਟ 'ਤੇ ਪੈਸੇ ਲਾਉਣਾ ਕਿ ਇਹਦਾ ਮੈਨੂੰ ਆਊਟਕਮ ਕੀ ਹੋਊਗਾ। 90% ਆਫ ਦ ਪੰਜਾਬੀ ਐਕਟਰਸ ਆਰ ਸਿੰਗਰਸ, ਕੋਈ ਚੰਗਾ ਆਰਟਿਸਟ ਜਿਹੜਾ ਐਕਟਰ ਵਾਲਾ ਹੈਗਾ ਮੇਰੇ ਹਿਸਾਬ ਨਾਲ 10% ਹੋਣਗੇ, ਹੈ ਨਾ, ਕਿਉਂ, ਕਿਉਂਕਿ ਪੰਜਾਬੀ ਸਿਨੇਮਾ ਦੀ ਇਹੀ ਹੈਗੀ। ਜਦੋਂ ਮੇਰੀ ਵੀ ਜਿਹੜੀ ਸਟਰਗਲ ਸੀਗੀ, ਜਦੋਂ ਮੈਂ ਕਿੰਨੇ ਮੈਂ ਥੀਏਟਰ ਕੀਤਾ, ਬੰਬੇ ਕੀਤਾ, ਉਹ ਤੋਂ ਬਾਅਦ ਵੈਨਕੂਵਰ ਫਿਲਮ ਸਕੂਲ ਕੀਤਾ, ਉਹ ਤੋਂ ਬਾਅਦ ਮੈਂ ਕਿੰਨੀ ਪ੍ਰਿੰਟ ਐਡਸ ਕੀਤੀਆਂ, ਕਿੰਨੇ ਆਡੀਸ਼ਨਸ ਦਿੱਤੇ ਹੈ, ਕਾਫੀ ਡਾਇਰੈਕਟਰਸ ਨੂੰ ਅਪਰੋਚ ਵੀ ਕੀਤਾ, ਐਂਡ ਆਈ ਵਾਜ਼ ਬੀਂਗ ਨਿਗਲੈਕਟਿਡ ਐਟ ਮੈਨੀ ਟਾਈਮਸ ਬਿਕੋਜ਼ ਦੇ ਡੋਂਟ ਸੀ ਵੈਲਿਊ ਆਊਟ ਆਫ ਮੀ। ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮੇਰੀ ਮੈਂਟੈਲਿਟੀ ਇੰਨੀ ਸਟਰੋਂਗ ਹੈ, ਜੇ ਮੈਂ ਪਾਥ ਬਣਾਉਣਾ ਮੈਂ ਪਹੁੰਚਣਾ, ਮੈਂ ਆਪਣੇ ਆਪ ਨੂੰ ਫਾਈਨੈਂਸ਼ਲੀ ਇੰਨਾ ਸਟਰੋਂਗ ਕੀਤਾ ਕਿ ਹੁਣ ਮੈਂ ਹਰੇਕ ਸਾਲ ਭਾਵੇਂ 2-2 ਫਿਲਮਾਂ ਬਣਾ ਸਕਦਾ, ਜਿਹੜੀ ਕਿ ਕਈ ਬੰਦੇ 20 ਸਾਲਾਂ 'ਚ ਉੱਥੇ ਪਹੁੰਚਦੇ, ਪਰ ਮੈਂ ਆਪਣੇ ਆਪ ਨੂੰ 4-5-7 ਸਾਲਾਂ 'ਚ ਉੱਥੇ ਪਹੁੰਚਾਇਆ, ਕਿਉਂਕਿ ਮੇਰੀ ਡਿਟਰਮੀਨੇਸ਼ਨ ਹੈ ਮੈਂ ਕਰਨੀ ਹੈ। ਮੈਂ ਰੋਲ ਲਈ ਵੀ ਸੇਮ ਉਵੇਂ ਪ੍ਰਪੇਅਰ ਕੀਤਾ ਵੀ ਹਾਂ ਮੈਂ ਕਰਨਾ, ਆਈ ਹੈਵ ਟੂ ਗਿਵ ਮਾਈ 100%, ਆਈ ਵਿਲ ਚੇਂਜ ਮਾਈ ਸੈਲਫ, ਅਤੇ ਹੁਣ ਆਪਾਂ ਕਰਨੇ ਵੀ ਅੱਗੇ, ਹੈ ਨਾ। ਸੋ ਆਪਣੀ ਤਾਂ ਸਾਰਿਆਂ ਨੂੰ ਇਹੀ ਇੰਸਪੀਰੇਸ਼ਨ ਹੈ, ਪਹਿਲੀ ਗੱਲ ਤਾਂ ਵੀ ਨਵੇਂ ਆਰਟਿਸਟ ਆਉਣੇ ਚਾਹੀਦੇ ਆ, ਠੀਕ ਹੈ, ਅਤੇ ਜੇ ਤੁਸੀਂ ਨਹੀਂ ਸਾਥ ਦਿਓਗੇ ਤਾਂ ਫਿਰ ਉਹ ਕਦੀ ਵੀ ਨਹੀਂ ਆ ਸਕਣਗੇ। ਸੋ ਅਸੀਂ ਇਹ ਨਹੀਂ ਕਹਿ ਰਹੇ ਵੀ ਚਲੋ ਸਾਡੀ ਫਿਲਮ ਦੇਖੋ, ਮੈਂ ਤਾਂ ਇਹ ਕਹਿੰਦਾ ਵੀ ਹਰੇਕ ਕੋਈ ਜਿਹੜਾ ਨਵਾਂ ਆਰਟਿਸਟ ਆਉਂਦਾ ਜਾਂ ਜਿੱਥੇ ਤੁਹਾਨੂੰ ਲੱਗਦਾ ਵੀ ਕੋਈ ਫਿਲਮ ਵੀ ਸਾਨੂੰ ਦੇਖਣੀ ਚਾਹੀਦੀ ਹੈ, ਉਹ ਤੁਸੀਂ ਦੇਖੋ, ਤਾਂ ਕਿ ਹੋਰ ਕਿੰਨੀ ਹਜ਼ਾਰਾਂ ਲੱਖਾਂ ਬੰਦਿਆਂ ਨੂੰ ਮੌਕਾ ਮਿਲੇ, ਅੱਗੇ ਆਉਣ ਇੱਕ ਹੋਪ ਦਿਸੇ, ਇੱਕ ਰਾਹ ਦਿਸੇ ਵੀ ਹਾਂ ਵੀ ਅਸੀਂ ਵੀ ਜੇ ਕਰਮ ਬਾਠੋ 'ਤੇ ਪਹੁੰਚ ਗਏ ਤਾਂ ਅਸੀਂ ਵੀ ਉੱਥੇ ਪਹੁੰਚ ਸਕਦੇ ਹਾਂ, ਹੈ ਨਾ, ਜਿਵੇਂ ਜਦੋਂ ਦੇਵ ਖਰੌੜ ਆਇਆ ਸੀ, ਠੀਕ ਹੈ, ਉਹਨੇ ਸਿਨੇਮਾ 'ਚ ਕਿੰਨਾ ਚੇਂਜ ਕਰਾਇਆ, ਹੈ ਨਾ। ਸੋ ਉਹਨੂੰ ਦੇਖ ਕੇ ਵੀ ਹੁਣ ਕਈ ਇੰਸਪਾਇਰ ਹੁੰਦੇ ਆ, ਸੋ ਉਵੇਂ ਚਾਹੁੰਦੇ ਵੀ ਐਟਲੀਸਟ ਉਹ ਦੇਖ ਕੇ ਇੰਸਪਾਇਰ ਹੋ ਕੇ ਆਪਣੇ ਮੋਟੀਵੇਟ ਕਰਕੇ ਪਹੁੰਚਣ ਉੱਥੇ। ਬਿਲਕੁਲ, ਬਾਠ ਜੀ ਨੇ ਬਿਲਕੁਲ ਸਹੀ ਗੱਲਾਂ ਕਹੀਆਂ, ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਅਤੇ ਹੁਣ ਨਾ ਮੈਨੂੰ ਤੁਸੀਂ ਦੋਵਾਂ ਨੇ ਇੱਕ ਇੱਕ ਸਵਾਲ ਹੀ ਆ, ਬਟ ਉਹ ਇੱਕ ਦੇ ਵਿੱਚ ਵੀ 3 ਸਵਾਲ ਨੇ, ਠੀਕ ਹੈ। ਤੁਸੀਂ ਮੈਨੂੰ ਉਹਨਾਂ ਦੀਆਂ 3 ਅੱਛੀਆਂ ਅਤੇ ਬੁਰੀਆਂ ਗੱਲਾਂ ਦੱਸਣੀਆਂ, ਮਤਲਬ ਕਿ ਨੈਗੇਟਿਵ ਅਤੇ ਪੋਜ਼ਿਟਿਵ, ਅਤੇ ਤੁਸੀਂ ਮੈਨੂੰ ਇਹਨਾਂ ਦੀਆਂ ਦੱਸਣੀਆਂ, ਠੀਕ ਹੈ ਜੀ। ਹੁਣ ਦੇਖ ਲਓ ਸਟਾਰਟ ਦੋਨਾਂ 'ਚੋਂ ਕਿਵੇਂ ਕਰਨਾ। ਮੈਨੂੰ ਤਾਂ ਇੰਨਾ ਚੰਗਾ ਹੀ ਲੱਗਦਾ, ਅੱਛਾ ਪਹਿਲਾਂ ਤੁਹਾਡੀ ਪੋਜ਼ਿਟਿਵ ਇਹ ਆ, ਅਤੇ ਇਹਨਾਂ ਦਾ ਔਰਾ ਵਧੀਆ ਆ, ਹੈ ਨਾ, ਜੋ ਆਪਾਂ ਗੱਲ ਕਰਦੇ ਹਾਂ ਕਿ ਪੋਜ਼ਿਟਿਵਿਟੀ ਮਿਲਦੀ ਆ, ਅਤੇ ਇੱਕ ਆਪਣੇ ਕੰਮ ਨੂੰ ਲੈ ਕੇ ਬਹੁਤ ਡੈਡੀਕੇਟਡ, ਪੈਸ਼ਨੇਟ ਹੈ, ਬਿਲਕੁਲ, ਆਪਣੀ ਹੈਲਥ ਨੂੰ ਲੈ ਕੇ, ਮਤਲਬ ਜਦ ਜਿੰਨਾ ਮੈਂ ਇਹਨਾਂ ਨੂੰ ਦੇਖਿਆ ਸੈੱਟ ਦੇ ਅਕੋਰਡਿੰਗ, ਮੈਂ ਤੁਹਾਨੂੰ ਦੱਸਦੀ ਹਾਂ, ਅਤੇ ਹਰ ਚੀਜ਼ ਨੂੰ ਆਪਣੇ ਆਪ ਨੂੰ ਪਰਫੈਕਟ ਰੱਖਣਾ, ਖਾਣ ਪੀਣ ਦਾ, ਮਤਲਬ ਐਕਸਰਸਾਈਜ਼ ਤੁਹਾਨੂੰ ਦੱਸਿਆ, ਹੈ ਨਾ, ਟਾਈਮ 'ਤੇ ਸੈੱਟ 'ਤੇ ਪਹੁੰਚਣਾ, ਮਤਲਬ ਉਹ ਚੀਜ਼ਾਂ ਵਧੀਆ ਲੱਗਦੀਆਂ। ਅਤੇ ਦੂਸਰੇ ਆਰਟਿਸਟ ਨੂੰ ਕੰਫਰਟੇਬਲ ਕਰਨਾ, ਅਤੇ ਪਹਿਲਾਂ ਥੋੜ੍ਹਾ ਜਿਹਾ ਸੀਗਾ ਪਰ ਵਧੀਆ ਹੋ ਗਿਆ ਸੀ ਐਂਡ 'ਤੇ, ਅਤੇ ਵਧੀਆ ਓਵਰਆਲ ਔਖਾ ਕੰਮ ਹੋ ਗਿਆ, ਹਨਾ, ਇਹ ਗੱਲ ਨੀ ਕਰਦੇ ਤੇ ਏਦਾਂ ਕਿਵੇਂ ਸੀਨ ਨਿਕਲਣਗੇ, ਉਹ ਚੀਜ਼ ਥੋੜੀ ਸੀਗੀ, ਬਾਕੀ ਮੈਨੂੰ ਇੰਨਾ ਬਹੁਤ ਵਧੀਆ ਸਭ ਕੁਛ। ਨੈਗੇਟਿਵ ਤਾਂ ਇੱਕ ਗੱਲ ਆ, ਨਹੀਂ ਨਹੀਂ 3 ਦੱਸਣੀਆਂ ਪੈਣੀਆਂ, ਇੰਨਾ ਨਹੀਂ 3 ਹੀ ਦੱਸਣੀਆਂ ਪੈਣੀਆਂ, ਇਹ ਬੋਲਦੇ ਘੱਟ ਆ, ਮੈਂ ਕੀ ਦੱਸਾਂ। ਫਿਰ ਵੀ ਇੰਨਾ ਟਾਈਮ ਤੁਸੀਂ ਇਕੱਠਿਆਂ ਨੇ ਕੰਮ ਕੀਤਾ, ਪਤਾ ਤਾਂ ਲੱਗ ਹੀ ਜਾਂਦਾ ਆ। ਨੈਗੇਟਿਵ ਨੈਗੇਟਿਵ ਇਹੀ ਆ ਬਸ, ਘੱਟ ਬੋਲਦੇ, ਇਹਨਾਂ ਨੂੰ ਕੋਈ ਥੋੜਾ ਬੋਲਣਾ ਸ਼ੁਰੂ ਕਰਨ, ਠੀਕ ਆ। ਮਤਲਬ ਇੱਕੋ ਹੀ ਗੱਲ, ਮਤਲਬ ਬਸ ਇੱਕੋ ਹੀ, ਐਵੇਂ ਵੀ ਗੁੱਸਾ ਮੰਨ ਜਾਣਗੇ ਕਿ ਨਹੀਂ 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 ਗੁੱਸਾ ਨਹੀਂ ਮੰਨਦੇ, ਮੈਨੂੰ ਨਹੀਂ ਲੱਗਦਾ ਗੁੱਸਾ ਕਰਨ, ਨਹੀਂ ਪਤਾ ਇਹਨਾਂ ਦਾ, ਇੱਕ ਹੀ ਪਤਾ ਸੀ, ਦੱਸਦੀ। ਚਲੋ ਜੀ ਕੋਈ ਗੱਲ ਨਹੀਂ, ਅੱਛਾ ਤੁਸੀਂ ਹੁਣ ਤੁਸੀਂ ਨਹੀਂ ਐਦਾਂ ਕਹਿੰਦੇ ਕਿ ਸਿਰਫ ਚੰਗੀਆਂ ਗੱਲਾਂ ਆ। ਫਸਟ ਆਫ ਆਲ ਇਹ ਬਹੁਤ ਅੱਛੇ ਫਾਈਨ ਆਰਟਿਸਟ ਨੇ, ਹੈ ਨਾ, ਅਤੇ ਕੰਮ ਜਿਹੜਾ ਉਹ ਆਪਣੇ ਆਪ 'ਚ ਇਟ ਸੈਲਫ ਐਕਸਪਲੇਨ ਕਰੂਗਾ ਵੀ ਕਿੰਨੇ ਇਹ ਨਾਈਸ ਅਤੇ ਵਧੀਆ ਥੀਏਟਰ ਆਰਟਿਸਟ ਹੈਗੇ, ਹੈ ਨਾ, ਅਤੇ ਉਹ ਤੋਂ ਬਾਅਦ ਡੈਫੀਨੇਟਲੀ ਸੋਹਣੇ, ਯੂ ਨੋ, ਕਿੰਨੇ ਬਿਊਟੀਫੁਲ ਹੈ, ਸਾਰਿਆਂ ਨੂੰ ਪਤਾ ਹੀ ਹੈਗਾ, ਹੈ ਨਾ, ਅਤੇ ਬਾਕੀ ਹੋਰ ਤਾਂ ਦੇਖੋ ਤਾਰੀਫ ਕੀ ਕਹਿੰਦੇ ਆ, ਮਤਲਬ ਦੇਖੋ ਕੁੜੀਆਂ ਨਹੀਂ, ਦੇਖੋ ਉਹ ਸੋਹਣੇ ਲੱਗਦੇ ਆ, ਤੇ ਹਾਂਜੀ ਹਾਂ, ਬਸ ਇਹ ਹੈਗੇ, ਇਹ ਗੁੱਸਾ ਹੋ ਜਾਂਦੇ, ਉਹ ਤੋਂ ਬਾਅਦ ਦੱਸਦੇ ਨੀ ਹੈ ਵੀ ਕਿਉਂ ਗੁੱਸੇ ਆ, ਇਹ ਗੱਲ ਜ਼ਰੂਰ ਹੈ ਵੀ ਇਹ, ਹਾਂਜੀ ਹਾਂਜੀ ਹਾਂ, ਕਰ ਦਿੰਦੇ ਆ, ਬਸ ਫਿਰ ਮੈਂ ਕਹਿੰਦਾ ਨਹੀਂ ਤੰਗ ਕਿਉਂ ਕਰਨਾ,
सिर्फ बायोपिक नहीं है, बहुत कुछ आ जो देखने मिलेगा ड्रामा। पहली गल तो फैमिली ना जाके मूवी देखने वाली, इस तो वड्डा तो कुछ हो ही नहीं सकता ना कि अपने पेरेंट्स ना जाके भैन भरा ना जाके मूवी देख सकते हैं। तो प्रभ हुण सानू जी अलविदा देवेगी, हुण सानू अगले सैगमेंट दे विच मूवी दे जिहड़े डायरेक्टर साहब साडे नाल होणगे जी प्रधान साहब, सोना नाल गल्लां बातें करांगे। थैंक यू सो मच प्रभ इन्ना साथ देण दे लई, एंड मिलके बहुत चंगा लग्या जी। बट बाट जी साडे नाल ही होणगे, तो प्रभ ने तो सानू अलविदा दे दिता है, बट जी बाट जी साडे नाल ने। तो कहिंदे ना कि किंग ऑफ द शिप मूवी दे जिहड़े डायरेक्टर साहब ने उह वी साडे नाल जुड़ चुके ने। सो आओ जी विक्रम सर हुणां दा स्वागत करदे आ, बहुत बहुत स्वागत है जी जस पंजाबी। थैंक यू बहुत स्वागत है जी। सो वैसे तो मैनू बहुत कुछ पता लग गया मूवी बारे, है ना, कौर सिंह बारे आप बहुत सारिया गल्लां करनियां होर, पर मैं ना सर तुहानू एक गल पुछना चाहवांगी कि तुहाडे करियर की सब तो पहली मूवी कीड़ी सी, किहना नाल कीती सी तुसीं? मेरी सबसे पहले जो डेब्यू मूवी थी वो एक हिंदी फिल्म थी, ओके, इट वाज मस्ती एक्सप्रेस, ओके, वो मेरी पहली थी। फिर जो ऑडियंस ने देखी होगी वो है सत श्री अकाल इंग्लैंड, मेरी पंजाबी फिल्म जो जी, है एमी, हाँ जी, हाँ जी, एमी विर्क, एमी जी उन्हें दिनाल, ठीक है। अच्छा वधिया सी एक्सपीरियंस हो? बहुत वधिया, अच्छा मैंने दूजी फिल्म कर रहे हैं, ठीक है जी। अच्छा इन्हें ना मिलन दा बात सर ना कि मैं इनके सबब बनया तो अड़ा, या पहला तो जान दे सी इस मूवी दे जरिए? नहीं इसकी जर्नी है, जर्नी ये है कि कौर सिंह जी को ढूंढा, हमारी एक पार्टनर है जिया ठक्कर का, जी जी जी, उन्होंने इंटरनेट पे सर्फिंग कर रहे थे, हमारा काम ही है स्टोरीज ढूंढना, जी डेफिनेटली, तो वो कर रहे थे और उसमें से फिर कौर सिंह जी ऐसी एक पर्सनालिटी है, लेजेंड है, जो कि पंजाब के संगरूर जिले में खनाल खुर्द में कहीं है, बट ही इज अननोन टू द वर्ल्ड। सो उन्होंने मुझे पूछा कि इसकी स्टोरी बनती है क्या, मैंने बोला ये तो मतलब हिला देगी समाज को, यू नो इट्स लाइक व्हाट आई वांट टू से। सो मेरे कुछ फ्रेंड्स सत श्री अकाल इंग्लैंड के कारण मेरे कुछ फ्रेंड्स बने पंजाब में, सो उसमें से एक सुखबीर गिल हमारा एक फ्रेंड है कॉमन, जो करमबाट जी को जानता था और मुझे भी जानता था, तो फिर करम जी को जैसी ये स्टोरी, तो फिर उन्होंने बोला कि भाई अच्छा करम ने क्या मैं ही करनी स्टोरी, किसी और ने नहीं, लिटरली लिटरली ही सेड सर ये स्टोरी मैंने ही करनी, अच्छा आई विल प्रॉमिस यू दैट आई विल वर्क वेरी हार्ड। मतलब दर्शकों को मैं, मुझे ऑडियंस को बोलना है कि आई टोल्ड हिम 180 डेज है शूटिंग को, अच्छा ओके, एंड यू आर 107 जुनून इज डेडिकेशन उसकी, मैंने करना ही है रोल, तो आप सोचो ही मत दूसरे हीरो का। मैंने बोला सर ऐसे नहीं होता, मतलब मैं तो सोच सकता हूँ, बोले नहीं सोचना ही नहीं बन रहे, उन्होंने सोचने का मौका ही नहीं दिया, मौका ही नहीं दिया, तो बस ठीक है। ते प्रभ नाल किद्दां मुलाकात? प्रभ सी आई वाज लुकिंग की यू नो हाइट स्ट्रक्चर केमिस्ट्री चुलबुली सी फनी, बिकॉज़ ना हम इसको स्पोर्ट्स बायोपिक नहीं बोलना चाहते, बिकॉज इट इज नॉट अ स्पोर्ट्स बायोपिक, इट इज बेसिकली अ फैमिली ड्रामा, इमोशनल ड्रामा, इन विच अ हीरो फॉल्स इन लव विद अ हीरोइन, and then whatever every like ek har ek pal da struggle jehda ch mention kita ha sab sab hai usme, matlab doston ne kinna saath ditta, wife ne kinna saath ditta, hai na sab kuch, so sport it's not a sports biopic, matlab aisa nahi ki boxing hai, boxing is a part of a scene, agar ek romantic scene hai 3 minute ka to boxing bhi hai 3 minute ki ji, but jo father mother ke sath jo emotional scene hai oh bhi wo वो ज्यादा इंपॉर्टेंट जी। अच्छा स्पोर्ट्स से जिनी मूवीज बनदी है ना मोस्टली ਅਸੀਂ ਦੇਖਦੇ ਆ ਕਿ ਉਹਨਾਂ ਦੇ ਵਿੱਚ ਨਾ ਗੀਤ ਘੱਟ ਹੁੰਦੇ ਕਿਉਂਕਿ ਉਹਨਾਂ ਦੇ ਵਿੱਚ ਫੈਮਿਲੀ ਡਰਾਮਾ ਥੋੜਾ ਜਿਹਾ ਘੱਟ ਹੁੰਦਾ, ਬਾਕੀ ਚੀਜ਼ਾਂ ਘੱਟ ਹੁੰਦੀਆਂ, ਸਪੋਰਟਸ ਜਿਹੜੀ ਆ ਉਹ ਮੇਨ ਜ਼ਿਆਦਾ ਦਿਖਾਇਆ ਜਾਂਦਾ, ਬਟ ਇਹਦੇ ਮੂਵੀ ਦੇ ਵਿੱਚ ਨਾ ਗਾਣੇ ਵੀ ਬਹੁਤ ਪਿਆਰੇ ਪਿਆਰੇ ਨੇ, ਸੋਹਣੇ ਲਏ ਨੇ, ਪ੍ਰਭ ਨੇ ਵੀ ਦੱਸਤਾ ਤੇ ਬਾਚੀ ਨੇ ਵੀ ਦੱਸਤਾ ਕਿਹੜੇ ਕਿਹੜੇ ਗਾਣੇ ਉਹਨਾਂ ਨੂੰ ਪਸੰਦ ਆ, ਟਰਨ ਤੁਹਾਡੀ ਆ ਜੀ, ਤੁਹਾਨੂੰ ਕਿਹੜਾ ਗੀਤ ਪਸੰਦ ਆ?
ਤੇ ਮੈਂ ਤਾਂ ਪੱਪਾ ਇਸ ਫਿਲਮ ਦਾ ਚਾਰੋਂ ਜਵਾਬ ਅੱਛਾ ਚਲੋ ਉਹ ਤਾਂ ਆਬਵੀਅਸਲੀ ਜੀ ਡਾਇਰੈਕਟਰ ਨੂੰ ਤਾਂ ਪਸੰਦ ਹੋਣੀ ਹੈ ਉਹਨਾਂ ਨੂੰ ਆਪਣੀ ਮੂਵੀ ਅੱਛੀ ਲੱਗੀ ਬਟ ਫਿਰ ਵੀ ਇੱਕ ਥੋੜਾ ਜਿਹਾ ਵੱਧ ਜੋ ਚੈਲੰਜ ਵਾਲਾ ਜੋ ਗਾਣਾ ਹੈ ਹਾਂ ਇਸ ਮੇ ਹੀ ਇਜ਼ ਅੰਡਰ ਅ ਡਿਪਰੈਸ਼ਨ ਬਿਕਾਜ਼ ਆਫ ਸਮਥਿੰਗ ਐਂਡ ਨਾਓ ਹੀ ਹੈਜ਼ ਟੂ ਪ੍ਰੀਪੇਅਰ ਓਕੇ ਸੋ ਇਨ ਦੈਟ ਸੌਂਗ ਹਿਸ ਜਰਨੀ ਜੋ ਇਹਨਾਂ ਨੂੰ ਜੋ ਇਨਸੇ ਮੈਨੇ 6 ਮਹੀਨੇ ਕੰਮ ਕਰਵਾਇਆ ਉਹ ਪੂਰਾ 3 ਮਿੰਟ ਮੈਂ ਮੈਨੇ ਦਿਖਾਇਆ ਉਹ ਗਾਣੇ ਦੇ ਵਿੱਚ ਗਾਣੇ ਦੇ ਵਿੱਚ ਤਾਂ ਉੱਠ ਕੌੜੀਆ ਭਾਗ ਕੌੜੀਆ ਦੌੜ ਕੌੜੀਆ ਅੱਛਾ ਕੌੜੀਆ ਬੇਸਿਕਲੀ ਰਣਜੀਤ ਬਾਵਾ ਓਕੇ ਬਾਬਾ ਜੀ ਨੇ ਗਾਇਆ ਗੀਤ ਓਕੇ ਸੋ ਯਾ ਯੂ ਕੈਨ ਸੇ ਕਿ ਉਹ ਬੱਚਾ ਥੋੜਾ ਨਹੀਂ ਹੈਗਾ ਉਸ ਟਾਈਮ ਤੇ ਕੀ ਕਰਦਾ ਹੋਣਾ ਬੰਦਾ ਬਾਹਰ ਭੱਜ ਰੱਸੀ ਵੀ ਟੱਪਣੀ ਕੀ ਰਸਾ ਲੈ ਕੇ ਟੱਪ ਹਨਾ ਉਹ ਤੋਂ ਬਾਅਦ ਪਰਾਂ ਕੀ ਸੁੱਟੇਗਾ ਟਾਇਰ ਚੱਕ ਕੇ ਲਿਆ ਹਨਾ ਨਹਿਰ ਦੇ ਕੰਡੇ ਜਾ ਸਾਈਕਲ ਚਲਾ ਲਾ ਹਨਾ ਸੋ ਉਹ ਉਸ ਟਾਈਮ ਜਿਹੜੀ ਐਕਟੀਵਿਟੀਜ਼ ਹੁੰਦੀਆਂ ਸੀ ਉਹ ਸਾਰੀਆਂ ਉਹਦੇ ਵਿੱਚ ਦਿਖਾਈਆਂ ਗਈਆਂ ਅੱਛਾ ਇਸ ਮੂਵੀ ਦੇ ਵਿੱਚ ਤੁਸੀਂ ਕੰਮ ਕਰ ਲਿਆ ਬਹੁਤ ਜਲਦੀ 22 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਮੂਵੀ ਰਿਲੀਜ਼ ਹੋਣ ਜਾ ਰਹੀ ਆ ਸੋ ਇਹ ਜੋੜੀ ਦੁਬਾਰਾ ਸਾਨੂੰ ਦਿਖਣੀ ਹੈ ਇਹ ਤਾਂ ਹੁਣ ਬਸ ਇਹ ਦਾ ਲਾਈਫ ਟਾਈਮ ਇਕੱਠੇ ਆ ਸਾਰੇ ਇਕੱਠੇ ਆ ਮਤਲਬ ਦਿਸ ਇਜ਼ ਆਲ ਆਡੀਅੰਸ ਹਾਂ ਦਿਸ ਇਜ਼ ਆਲ ਆਡੀਅੰਸ ਆਡੀਅੰਸ ਨੇ ਹਮੇ ਪਸੰਦ ਕੀਆ ਤੋ ਜੋੜੀ ਜ਼ਰੂਰ ਆਏਗੀ ਨਹੀਂ ਪਸੰਦ ਕੀਆ ਤੋ ਨਹੀਂ ਆਏਗੀ ਨਹੀਂ ਜੋੜੀ ਤਾਂ ਆਏਗੀ ਗੱਲਾਂ ਤੋਂ ਹਾਸੇ ਤੋਂ ਪਤਾ ਲੱਗਦਾ ਪਿਆ ਦੱਸ ਦੋ ਵਿੱਚ ਦੀ ਗੱਲ ਨਹੀਂ ਤਾਂ ਆਪਾਂ ਟੀਮ ਛੱਡਣੀ ਨਹੀਂ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਪਰਹੈਪਸ ਆਲਰੇਡੀ ਮਤਲਬ ਸਰਵਾਲਾ ਫਿਲਮ ਇਹਨਾਂ ਨੇ ਡਾਇਰੈਕਟਰ ਤੇ ਐਕਟਰ ਦੇ ਵਿੱਚ ਬੌਂਡ ਹੋਣਾ ਬਹੁਤ ਜ਼ਰੂਰੀ ਆ ਬਟ ਇੰਡਸਟਰੀ ਦੇ ਵਿੱਚ ਕਈ ਵਾਰੀ ਦੇਖਣ ਨੂੰ ਵੀ ਨਹੀਂ ਮਿਲਦਾ ਕਿਹਾ ਜਾਂਦਾ ਕਿ ਡਾਇਰੈਕਟਰ ਨਾ ਜਿਹੜਾ ਐਕਟਰ ਤੇ ਥੋੜਾ ਜਿਹਾ ਦਬਾਅ ਪਾਉਂਦਾ ਏਦਾਂ ਨਹੀਂ ਉਦਾਂ ਕਰਨਾ ਹਨਾ ਵੀ ਬਾਰ ਬਾਰ ਟੇਕ ਲਈ ਕਹਿੰਦਾ ਬਟ ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਕੋਆਪਰੇਟ ਕੀਤਾ ਜਿਸ ਤਰੀਕੇ ਨਾਲ ਤੁਸੀਂ ਕੰਮ ਕਰਵਾਇਆ ਤੁਸੀਂ ਫ੍ਰੀਲੀ ਵੀ ਛੱਡਿਆ ਸਪੇਸ ਵੀ ਦਿੱਤੀ ਪ੍ਰੋਪਰ ਹਨਾ ਵੀ ਉਹਨਾਂ ਨੂੰ ਕਿਹਾ ਵੀ ਨਹੀਂ ਕਰਨਾ ਹੀ ਕਰਨਾ ਸੋ ਐਕਚੁਅਲੀ ਪ੍ਰਿਪਰੇਸ਼ਨ ਜੋ ਹੈ ਉਹ ਹਮਾਰੀ ਬੰਬੇ ਮੇਂ ਹੀ ਪੂਰੀ ਹੋ ਗਈ ਸੀ ਓਕੇ ਯੂ نو ਸ਼ੂਟਿੰਗ ਸ਼ੂਟਿੰਗ ਇਜ਼ ਜਸਟ ਅ ਫਾਰਮੈਲਿਟੀ ਓਕੇ ਇਜ਼ ਜਸਟ ਵਾਟ ਯੂ ਹੈਵ ਔਨ ਯੋਰ ਪੇਪਰ ਜੋ 1-1.5 ਸਾਲ ਤੱਕ ਤੁਸੀਂ ਰਿਸਰਚ ਕੀਤਾ ਤੇ ਲਿਖਿਆ ਤੇ ਪੂਰੀ ਸਕ੍ਰਿਪਟ ਬਣੀ ਤੇ ਉਹ ਤੁਸੀਂ ਇੰਪਲੀਮੈਂਟ ਕਰਦੇ ਇੰਪਲੀਮੈਂਟ ਸ਼ੂਟਿੰਗ ਵਿੱਚ ਜਦੋਂ ਸਭ ਕੁਝ ਰੈਡੀ ਹੋਵੇ ਤਾਂ ਇੰਪਲੀਮੈਂਟ ਕਰਨ ਦੇ ਵਿੱਚ ਟਾਈਮ ਨਹੀਂ ਲੱਗਦਾ ਹਾਂ ਟਾਈਮ ਨਹੀਂ ਲੱਗਦਾ ਟੈਨਸ਼ਨ ਵੀ ਨਹੀਂ ਹੁੰਦੀ ਟੈਨਸ਼ਨ ਵੀ ਨਹੀਂ ਹੁੰਦੀ ਸੋ ਉਹ ਤਾਂ ਫੇਸ ਤੇ ਦੇਖਦੇ ਨਹੀਂ ਬਈ ਪਤਾ ਹੈ ਕਿ ਕੰਮ ਹੋ ਗਿਆ ਸਾਡਾ ਪਤਾ ਦਰਸ਼ਕਾਂ ਨੂੰ ਪਸੰਦ ਆਉਣਾ ਹੀ ਆ ਨਹੀਂ ਨਾਲੇ ਦੂਜੀ ਮੈਂ ਸੋਚ ਦੇਖੋ ਹਾਂ ਹਾਂ ਨਹੀਂ ਨਹੀਂ ਚਲੋ ਓਕੇ ਮੈਂ ਬਰਦਾ ਦੇਖੋ ਸਰਦੀ ਸਭ ਤੋਂ ਵਧੀਆ ਗੱਲ ਪਤਾ ਕੀ ਹੈ ਜਿਹੜੀ ਮਤਲਬ ਡੈਫੀਨੇਟਲੀ ਦੇਖੋ ਯੂਜੂਲੀ ਕੀ ਹੁੰਦਾ ਡਾਇਰੈਕਟਰ ਕਹਿੰਦੇ ਮੇਰਾ ਕੰਮ ਹੋ ਗਿਆ ਮੈਂ ਚੱਲਿਆ ਠੀਕ ਹੈ ਇਹ ਅੱਜ ਵੀ ਸਾਡੇ ਨਾਲ ਨੇ ਪਹਿਲਾਂ ਵੀ ਨਾਲ ਸੀ ਮਤਲਬ ਇਹ ਦੇਖੋ ਬਹੁਤ ਵੱਡੀ ਗੱਲ ਆ ਵੀ ਹੁਣ ਵੀ ਅਸੀਂ ਇਕੱਠੇ ਮੇਰੇ ਪਿੰਡ 'ਚ ਅਸੀਂ ਘਰੇ ਇਕੱਠੇ ਰਹਿ ਰਹੇ ਹਾਂ ਅਦਰਵਾਈਜ਼ ਮੇਰੇ ਹਿਸਾਬ ਨਾਲ ਬੰਦੇ ਦਾ ਜਿੱਥੇ ਕੰਮ ਹੋ ਜਾਂਦਾ ਬੰਦਾ ਕਹਿੰਦਾ ਮੈਂ ਚੱਲਿਆ ਮੈਂ ਕਦੋਂ ਟਾਈਮ ਖਰਾਬ ਕਰਾਂ ਮੇਰਾ ਹੋਰ ਕੰਮ ਹੈ ਮੈਂ ਹੋਰ ਕੋਈ ਕੰਮ ਕਰਦਾ ਬਟ ਸਰ ਸੋਰੀ ਪਿੰਡ ਇਕੱਠੇ ਰਹਿਤੇ ਪਿੰਡ ਮੈਂ ਰਹਿਣੇ ਕਾ ਜੋ ਮੁਝੇ ਮਜ਼ਾ ਆ ਰਹਾ ਹੈ ਆਪ ਮੁਝੇ ਬੰਬੇ ਕੇ ਮੈਰੀਅਟ ਮੇ ਰੱਖੋ ਤਾਜ ਮੇ ਰੱਖੋ ਨੋ ਫਰਕ ਜੋ ਮੈਂ ਨਹਿਰ ਕੇ ਪਾਸ ਜੋ ਸ਼ਹਿਰ ਕੇ ਲਿਏ ਜਾਂਦਾ ਹੈ ਕੀ ਬਾਤ ਹੈ ਲਵ ਇਟ ਲਵ ਇਟ ਜੋ ਖੁੱਲੀ ਹਵਾ ਮਾਹੌਲ ਹੈ ਪਿੰਡ ਫੈਂਟੈਸਟਿਕ ਜੀ ਮਤਲਬ ਜੋ ਮਾਹੌਲ ਹੈ ਨਾ ਪਿੰਡ ਦਾ ਨਜ਼ਾਰਾ ਵੱਖਰਾ ਹੈ ਵੱਖਰਾ ਬਿਲਕੁਲ ਅਸੀਂ ਅੰਦਾਜ਼ਾ ਲਗਾ ਸਕਦੇ ਫੇਸ ਤੋਂ ਪਤਾ ਲੱਗਦਾ ਪਿਆ ਸਾਹਿਬ ਅਸੀਂ ਬॉयਜ਼ ਹੋਸਟਲ ਬਣਾਇਆ ਸੀ ਮੇਰਾ ਦੋਸਤ ਆ ਖੋਖਾ ਉਹ ਵੀ ਨਾਲ ਆਇਆ ਹੋਰ ਨਜ਼ਾਰੇ ਹਾਂ ਉਹ ਆ ਤੇ ਨਾਲ ਸਾਰੇ ਹਨਾ ਮਤਲਬ ਪੂਰਾ ਵਧੀਆ ਬॉयਜ਼ ਹੋਸਟਲ ਬਣਿਆ ਹੋਇਆ ਅੱਜ ਕੱਲ ਕਿਉਂਕਿ ਮੇਰੇ ਘਰ ਦੇ ਉੱਥੇ ਨੇ ਕੈਨੇਡਾ ਨੇ ਅੱਜ ਕੱਲ ਤੇ ਅਸੀਂ ਉਹਨਾਂ ਦੇ ਘਰੇ ਰਹਿ ਰਹੇ ਹਾਂ ਮੇਰੇ ਸਹੁਰਿਆਂ ਦੇ ਹਨਾ ਸਰੰਦ ਤੇ ਘਰੇ ਕੋਈ ਹੈ ਨਹੀਂ ਬਸ ਬॉयਜ਼ ਹਾਊਸ ਅੱਛਾ ਫੈਮਿਲੀ ਐਗਰੀ ਸੀ ਕਿ ਆ ਮੂਵੀ ਬੜੀ ਅੱਛੀ ਕਰ ਰਹੇ ਹੋ ਤੁਸੀਂ ਇਸ ਤਰ੍ਹਾਂ ਭਾਰ ਘਟਾ ਰਹੇ ਹੋ ਜਾਂ ਇੰਨੀ ਐਫਰਟਸ ਕਰ ਰਹੇ ਹੋ ਦੇ ਆਰ ਹੈਪੀ ਹਾਂਜੀ ਦੇਖੋ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਤਾਂ ਅੱਜ ਦਾ ਥੋੜੀ ਲੱਗਿਆ ਕਿੰਨੇ ਸਾਲਾਂ ਦਾ ਲੱਗਿਆ ਉਹਨਾਂ ਦੇ ਜਦੋਂ ਮੈਂ ਪਹਿਲਾਂ ਜੌਬ ਕਰਦਾ ਹੁੰਦਾ ਸੀ ਤੇ ਮੇਰਾ ਉਹ ਮਤਲਬ ਇਹ ਤਾਂ ਹੁਣ ਵਾਹਿਗੁਰੂ ਦੀ ਕਿਰਪਾ ਨਾਲ 5-7 ਸਾਲ ਤੋਂ ਕੰਮ ਬਹੁਤ ਆਪਣਾ ਚੜ ਗਿਆ ਤੇ ਚੜਾਈ ਪੈ ਗਈ ਆਪਣੀ ਪਰ ਉਹ ਤੋਂ ਪਹਿਲਾਂ ਮੈਂ ਜੌਬ ਕਰਦਾ ਸੀ ਮੈਂ ਜੌਬ ਤੇ ਜਾਣਾ
मैं जॉब से जिमें हम चलो 8 घंटे जॉब होंगी लाओ मैं 7 बजे घरों निकलिया 8 बजे घरों निकलिया उस तो बाद जो मैं ऑडिशन कर जाता वो कपड़े मैं बैग पा के जाता तो बाद मैं ब्रेक लैंदा सी 1.5-2 घंटे की वो मैं ऑडिशन से जाता ऑडिशन तो वापस आके फिर मैं काम करता है ना तो कदी कद चलो वो एक अलग मेरी लाइफ की स्ट्रगल हैगी जिद मैं 2-2 साल भी इकट्ठे काम करता रहा विदाउट छुट्टियां भी मैं उदे तक पहुंचन नहीं उन्होंने भी पता भी ये कड़ा अज तक करता भी ये कमल कुटी आ रहा भी दैट इज रियल स्ट्रगल पता जिन्हों कीमत पता हो मेहनत हो ਕਰਦਾ ਉਹ ਸ਼ਿੱਦਤ ਹੁੰਦੀ ਉਹ ਕੰਮ ਕਰਨ ਦੀ ਪਤਾ ਹੈ ਕਿ ਮੇਰਾ ਪੈਸ਼ਨ ਆ ਕੰਮ ਕਰਨਾ ਵੀ ਜਨੂਨ ਹੀ ਆ ਇੱਕ ਹੈ ਨਾ ਤੇ ਜਦੋਂ ਸਾਥ ਵਧੀਆ ਹੋਵੇ ਫਿਰ ਤਾਂ ਕੰਮ ਵਧੀਆ ਹੋ ਹੀ ਜਾਂਦਾ ਹੈ ਹਾਂ ਬਿਲਕੁਲ ਉਹੀ ਤਾਂ ਹੀ ਕਰਕੇ ਦੇਖੋ ਸਾਰੇ ਜਿਵੇਂ ਆਪਾਂ ਗੱਲ ਕਰਦੇ ਆ ਪ੍ਰਭ ਕਰੇਵਾਲ ਹੋ ਗਏ ਨਾਲ ਮੇਰਾ ਸੁਖਬੀਰ ਗਿਲਫਰੈਂਡ ਹੈ ਨਾ ਵਿਕਰਮ ਪ੍ਰਧਾਨ ਜੀ ਆ ਤਖੜ एवरीवन ਇਨਵੋਲਵਡ ਇਨ ਦ ਮੂਵੀ ਉਹਨਾਂ ਹਰੇਕ ਦਾ ਆਪਦਾ ਆਪਦਾ ਇੱਕ ਸਟੇਜ ਹੈ ਜਿੱਥੇ ਪਹੁੰਚੇ ਜਦੋਂ ਇੰਨੀ ਸਟੇਜ ਤੇ ਪਹੁੰਚੇ ਬੰਦੇ ਸਾਰੇ ਇਕੱਠੇ ਹੋ ਕੇ ਕੋਈ ਚੀਜ਼ ਬਣਾਉਂਦੇ ਤੇ ਹੁਣ ਬਸ ਸਾਥ ਸਾਰੀ ਆਡੀਅנס ਦੀ ਸਾਨੂੰ ਲੋੜ ਹੈ ਹੈ ਨਾ ਕਿਉਂਕਿ ਜਿਵੇਂ ਮੈਂ ਕਿਹਾ ਕਿ ਟਾਈਮ ਇਹਨਾਂ ਤੋਂ ਬਗੈਰ ਦੇਣਾ ਹੀ ਆ ਅੱਛਾ ਵਿਕਰਮ ਜੀ ਮੇਰਾ ਇੱਕ ਕੁਐਸਚਨ ਆ ਤੁਸੀਂ ਕਿਹਾ ਕਿ ਇਹਦੇ ਦਾ ਕਨਸੈਪਟ ਹੈ ਨਾ ਜਿਵੇਂ ਤੁਸੀਂ ਤੁਹਾਨੂੰ ਮਿਲਿਆ ਜਾਂ ਜਿੱਦਾਂ ਵੀ ਜਿੱਦਾਂ ਤੁਸੀਂ ਕਿਹਾ ਕਿ ਇਹ ਕਨਸੈਪਟ ਬੜਾ ਵਧੀਆ ਆਇਆ ਕਿ ਇਹ ਹਾਂ ਚੱਲੇਗਾ ਆਡੀਅנס ਦੇ ਦਿਮਾਗ ਦੇ ਵਿੱਚ ਕਲਿੱਕ ਹੋਵੇਗਾ ਪਰ ਜੇ ਪੋਜ਼ਿਟਿਵ ਪੁਆਇੰਟ ਆਂਦਾ ਦਿਮਾਗ ਦੇ ਵਿੱਚ ਤਾਂ ਉੱਥੇ 네ਗੇਟਿਵ ਵੀ ਆਉਂਦਾ ਆ ਕਿ ਪਤਾ ਨਹੀਂ ਆਡੀਅנס ਪਸੰਦ ਕਰੂਗੀ ਕਿ ਨਹੀਂ ਕਰੂਗੀ ਉਹ ਚੀਜ਼ ਆਇਆ ਸੀ ਕਿ ਵੀ 네ਗੇਟਿਵ ਨਾ ਹੋ ਜਵੇ ਨਹੀਂ ਕਲੀਅਰ ਹੀ ਥਾ ਪਹਿਲੇ ਸੇ ਪਹਿਲੇ ਹੀ ਮਤਲਬ ਕਿ ਪਹਿਲੀ ਕਲੀਅਰ ਤਾਂ ਕਿ ਐਨੀਥਿੰਗ ਦੈਟ ਟੱਚਸ ਯੋਰ ਹਾਰਟ ਹਾਂ ਯੂ ਨੋ ਦੈਟ ਵਿਲ ਡੈਫੀਨਿਟਲੀ ਦੈਟ ਵਿਲ ਵਰਕ ਗੋਇੰਗ ਸਟੋਰੀ ਕੈਨ ਬੀ ਡਿਫਰੈਂਟ ਬਟ ਐਨੀਥਿੰਗ ਦੈਟ ਟੱਚਸ ਯੋਰ ਹਾਰਟ ਕਿਉਂਕਿ ਇਮੋਸ਼ਨ ਤਾਂ ਸੇਮ ਹੀ ਹੁੰਦਾ ਹਾਂ एक्चुअली स्टोरी डिफरेंट है ठीक है बट उन्हें प्रेजेंट करने का तरीका भी थोड़ा वखरा हुंदा है ना जेड़ा तुसी उस मूवी दे विच अलग अलग चीजा दिखाईया है ना गाने भी आ ड्रामा भी आ फैमिली ने जाके देख सकते हैं एक्शन भी आ अगर 3 मिनट का रोमांस है तुसी कहा कि 3 मिनट और रिंग दे विच भी आ है ना अच्छा रिंग दे विच तुसी नाल ही रहंदे सीगे बाद च हां ऐदा नहीं अद्दा करना ऐदा नहीं अद्दा करना चलो कितने भी नहीं छड्या नहीं कल्ला नहीं छड़ना मैं एक्टर नु कितने अपनी मर्जी ना कुछ कर लवे अके जी थैंक यू सो मच साडे स्टूडियो दे विच आउण लई सानू लाइक इस मूवी के बारे दसन के लिए है ना शायद बहुत लोगों को पता भी नहीं होना तो हौली हौली पता भी लग जाना 22 जुलाई को तो की कहना चाहोगे प्लीज हम दोनों रिक्वेस्ट करते हैं रिक्वेस्ट जी प्लीज ऑडियंस को की कहना चाहोगे सारा नहीं बस हाथ जोड़ के बेनती है देखो सपोर्ट करो सानू है ना अच्छे सिनेमा नु कंटेंट बेस्ड सिनेमा नु सपोर्ट करो जे तुसी सपोर्ट करोगे तो ही असी होर फिल्मा बना सकते हैं एक प्रोड्यूसर नु उहदी रिकवरी हुंदी होवे अज की तरीक न काफ़ी ज़्यादा बंदे तो इस करके बना ही नहीं पाते क्योंकि उन्होंने एक डाउट होंगे भी ये चलूगी नहीं चलूगी उस तो बाद सिनेमा तक पहुँचने की कितनी कॉस्ट इनवॉल्व हैगी है डिस्ट्रीब्यूशन कॉस्ट हैगी है मार्केटिंग कॉस्ट है ना सो कहने का मतलब जो आप इन्ना कुछ करके आप इतने तक लैके पहुंचे हैं ना कोई भी चीज़ में तो जे तुम साथ नहीं दोगे तो असं भी कुछ ये तो अगे नहीं बद पावे तो यहोजी चीज़ों अगे लैके आने इंस्पीरेशन चाहिए है जी चीज़ अपनी अच्छे वजिए चलू हो सकता कोई 10 प्लेयर तो होर बना ले जा होर 100 तरह की स्टोरियां चक लन है ना सो ये साथ की लड़ है अज असी तो सारे यही बेनती करना चाहते हैं कि प्लीज 22 जुलाई को पद्मश्री कौर सिंह अपने लागे अपने जिथे जिथे भी तुहाडे लगी हैगी फिल्म अपनी फैमिली फ्रेंड्स बच्चों लेके जरूर देखने पहुंचो फिल्म वैसे सब कुछ कह ही दिता जी बार्ट जी ने ते विक्रम जी ने मेरे कहने वैसे कुछ बचिया नहीं है बट फिर भी मैं रिक्वेस्ट करना चाहूंगी क्योंकि मूवी का कॉन्सैप्ट बहुत वखरा आया बहुत कुछ सानू देखने को मिलेगा सिर्फ स्पोर्ट्स से ही नहीं बनी मूवी होर भी बहुत कुछ देखने को मिलेगा सो उम्मीद करते हैं 22 जुलाई में तुम अपने नेड़ले सिनेमाघरों के मूवी जरूर देखने जाओगे तो फिलहाल हम सानू दे इजाजत सत श्री अकाल।